ਮંત્રી ਰਹੇ ਨੇ ਉਹਦੇ باوجود ਵੀ ਉਹਨਾਂ ਨੇ ਪੰਜਾਬ ਲਈ ਕੁਝ ਨਹੀਂ ਕੀਤਾ ਕਿ ਕਿਤੇ ਕੋਈ ਫੂਡ ਬੇਸਡ ਇੰਡਸਟਰੀ ਲਾਈ ਜਾਵੇ ਤੇ ਵਪਾਰ ਖੋਲਿਆ ਜਾਵੇ ਸਾਡਾ ਸਾਡੀ ਕੋਸ਼ਿਸ਼ ਇਹ ਆ ਕਿ ਪੰਜਾਬ ਦੇ ਵਿੱਚ ਜਿਹੜਾ ਲੋਕਲ ਲੈਵਲ ਤੇ ਫੂਡ ਬੇਸਡ ਇੰਡਸਟਰੀ ਲੱਗੇ ਦੂਸਰਾ ਨੌਜਵਾਨਾਂ ਨੂੰ ਜਿਹੜਾ ਹੈਗਾ ਵੋਕੇਸ਼ਨਲ ਟ੍ਰੇਨਿੰਗ ਦਿੱਤੀ ਜਾਵੇ ਤੇ ਜਿਸ ਤਰ੍ਹਾਂ ਖਾਸ ਤੌਰ ਤੇ ਜਿਹੜਾ ਐਗਰੀਕਲਚਰ ਯੂਨੀਵਰਸਿਟੀ ਆ ਜਾਂ ਫਿਰ ਐਨੀਮਲ ਹਸਬੈਂਡਰੀ ਯੂਨੀਵਰਸਿਟੀ ਆ ਉੱਥੇ ਅਸੀਂ ਘਟੋ-ਘਟ 35% ਜਿਹੜਾ ਪਿੰਡਾਂ ਦੇ ਬੱਚਿਆਂ ਨੂੰ ਰਿਜ਼ਰਵੇਸ਼ਨ ਦੇ ਕੇ ਉਹਨਾਂ ਨੂੰ ਦਾਖਲੇ ਦਵਾਈਏ ਤਾਕਿ ਨਾ ਸਿਰਫ ਉਹ ਆਪਣਾ ਰੋਜਗਾਰ ਪੈਦਾ ਕਰ ਸਕਣ ਬਲਕਿ ਚੰਗੇ ਤਰੀਕੇ ਨਾਲ ਖੁਦ ਖੇਤੀ ਕਰਨ ਤੇ ਨਾਲ ਵੀ ਹੋਰ ਲੋਕਾਂ ਨੂੰ ਵੀ ਜਿਹੜਾ ਉਹ ਗਾਈਡ ਕਰਨ ਉਸ ਤੋਂ ਵੱਡਾ ਸਭ ਤੋਂ ਵੱਡਾ ਜਿਹੜਾ ਮੁੱਦਾ ਸਾਡਾ ਹੈ ਕਿ ਪੰਜਾਬ ਦਾ ਆਧਾਰ ਤਾਂ ਹੀ ਹੋ ਸਕਦਾ ਕਿ ਜੇ ਸਾਡਾ ਪਾਕਿਸਤਾਨ ਨਾਲ ਵਪਾਰ ਜਿਹੜਾ ਹੈਗਾ ਉਹ ਬਾਗਾ ਬਾਰਡਰ ਦੇ ਰਾਹੀਂ ਖੁੱਲੂਗਾ ਪਾਕਿਸਤਾਨ ਨਾਲ ਵਪਾਰ ਚੱਲ ਰਿਹਾ ਧੜਾ ਧੜ ਬੰਬੇ ਰਾਹੀਂ ਗੁਜਰਾਤ ਰਾਹੀਂ ਉਥੋਂ ਨਸ਼ਾ ਵੀ ਆ ਰਿਹਾ ਕੁੰਟਲਾਂ ਦੇ ਹਿਸਾਬ ਨਾਲ ਪਰ ਪੰਜਾਬ ਦੇ ਰਾਹੀਂ ਕੋਈ ਪਾਰਟੀ ਗੱਲ ਨਹੀਂ ਕਰ ਰਹੀ ਕਿ ਪੰਜਾਬ ਦੇ ਰਹੀ ਵਪਾਰ ਖੋਲਿਆ ਜਾਵੇ ਤਾਂ ਜੋ ਨਾ ਸਿਰਫ ਕਿਸਾਨਾਂ ਦਾ ਫਾਇਦਾ ਹੋਵੇ ਬਲਕਿ ਸਰਕਾਰ ਵੀ ਉਹਦੇ ਤੇ ਟੈਕਸ ਲਾ ਕੇ ਪੈਸਾ ਲੈ ਸਕੇ ਹੁਣ ਅਸੀਂ ਸਬਸਿਡੀਆਂ ਸਰ 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 ਇਹ ਇਹ ਤਾਂ ਖੈਰ ਵੱਡੇ ਲੈਵਲ ਦੀ ਗੱਲ ਹੋ ਜਾਂਦੀ ਹੈ ਇਹਦੇ ਨਾਲ ਸੈਂਟਰਲ ਗਵਰਨਮੈਂਟ ਦੇ ਨਾਲ ਵੀ ਅਟੈਚਮੈਂਟ ਹੋਣ ਤੋਂ ਬਾਅਦ ਬਹੁਤ ਸਾਰੀਆਂ ਗੱਲਾਂ ਨਿਕਲਦੀਆਂ ਫਿਲਹਾਲ ਆਪਾਂ ਗੱਲ ਕਰਦੇ ਹਾਂ ਪੰਜਾਬ ਦੇ ਮੁੱਦਿਆਂ ਦੀ ਤੁਸੀਂ ਗੱਲ ਕੀਤੀ ਹੈ ਕਿ ਅਸੀਂ ਆਰਥਿਕਤਾ ਜਿਹੜੀ ਆ ਉਹਨੂੰ ਵਧਾਵਾਂਗੇ ਪੰਜਾਬ ਦਾ ਜਿਹੜਾ ਡੈਟ ਵਾਲਾ ਭਾਰ ਆ ਉਹਨੂੰ ਘਟਾਵਾਂਗੇ ਕੀ ਰੋਡ ਮੈਪ ਆਪਾਂ ਤੁਹਾਡਾ ਇਸ ਚੀਜ਼ ਦੇ ਲਈ ਕਿਉਂਕਿ ਪੰਜਾਬ ਦੇ ਸਿਰ ਕਿਤਾ ਇਹ ਹੈਗਾ ਕਿ ਜਿਹੜਾ ਸਾਡਾ ਟ੍ਰੈਡੀਸ਼ਨਲ ਕ੍ਰੌਪ ਸਾਈਕਲ ਹੈਗਾ ਕਿ ਅਸੀਂ ਰਾਈਸ ਔਰ ਜਿਹੜੀ ਹੈਗੀ ਆ ਵੀਟ ਇਸ ਸਾਈਕਲ ਦੇ ਵਿੱਚੋਂ ਸਾਡਾ ਕਿਸਾਨ ਨਹੀਂ ਨਿਕਲ ਰਿਹਾ ਇਸ ਨੂੰ ਇਸ ਸਾਈਕਲ ਦੇ ਵਿੱਚ ਕੱਢਣ ਦੀ ਲੋੜ ਆ ਉਹਦਾ ਕ੍ਰੌਪ ਡਾਈਵਰਸੀਫਿਕੇਸ਼ਨ ਲਈ ਉਹਦੇ ਲਈ ਜ਼ਰੂਰੀ ਹੈ ਤੇ ਉਸ ਦੇ ਲਈ ਜਿਹੜਾ ਹੈਗਾ ਇਸ ਮਹਾ ਗਠਬੰਧਨ ਨੇ 5000 ਕਰੋੜ ਰੁਪਇਆ ਰੱਖਿਆ ਹੋਇਆ ਬਜਟ ਦੇ ਵਿੱਚ ਪ੍ਰੋਵੀਜ਼ਨ ਚ ਤਾਂ ਕਿ ਫਾਰਮਰਜ਼ ਨੂੰ ਅਸਿਸਟੈਂਸ ਦਿੱਤੀ ਜਾਵੇ ਇਕ ਉਸ ਨੂੰ ਸਾਈਕੋਲੋਜੀਕਲ ਰਿਲੈਕਟੈਂਸ ਜਿਹੜੀ ਹੈਗੀ ਹੈ ਟ੍ਰੈਡੀਸ਼ਨਲ ਜਿਹੜਾ ਸਾਈਕਲ ਆ ਉਹਦੇ ਵਿੱਚ ਉਹ ਸੇਫ ਜਾਂ ਸਿਕਿਉਰਡ ਜਾਂ ਮਹਿਸੂਸ ਕਰਦਾ ਲੇਕਿਨ ਵਾਟਰ ਲੈਵਲ ਇਨਾ ਡਿਪਲੀਟ ਹੋ ਗਿਆ ਹੈ ਔਰ ਪੈਸਟੀਸਾਈਡ ਇਤਨਾ ਜਿਆਦਾ ਪ੍ਰੋਨ ਹੋ ਗਿਆ ਹੈ ਤੇ ਸਾਨੂੰ ਥੋੜੀ ਡਾਈਵਰਸੀਫਿਕੇਸ਼ਨ ਚਾਹੀਦੀ ਆ ਉਹਦੀ ਪ੍ਰੋਕਿਊਰਮੈਂਟ ਐਸ ਵੈਲ ਐਜ਼ ਉਸ ਨੂੰ ਅਸਿਸਟੈਂਸ ਦੇ ਕੇ ਔਰ ਉਹਨੂੰ ਸਾਈਕੋਲੋਜੀਕਲੀ ਇਨਸ਼ੋਰ ਕਰਕੇ ਔਰ ਕੱਲੀ ਅਸੀਂ ਇਹ ਨਹੀਂ ਕਹਿੰਦੇ ਹਾਂ ਕਿ ਵੀਟ ਐਂਡ ਉਹਦੇ ਪੈਡੀ ਦੇ ਉੱਤੇ ਬਲਕਿ ਜਿੰਨੀਆਂ ਵੈਜੀਟੇਬਲਜ਼ ਨੇ ਜਿੰਨੇ ਫਰੂਟਸ ਨੇ ਜਿੰਨੇ ਔਇਲ ਸੀਡਸ ਨੇ ਸਾਰਿਆਂ ਦੇ ਉੱਤੇ ਜਿਹੜੀ ਐਮਐਸਪੀ ਜਿਹੜੀ ਐ ਇਨਸ਼ੋਰ ਕੀਤੀ ਜਾਏਗੀ ਤੇ ਫਰਟੋਰ ਮੈਚ ਨਹੀਂ ਜੋ ਕਿ ਕੈਪਟਨ ਸਾਹਿਬ ਹੀ ਹੁਣ ਤੱਕ ਪੰਜਾਬ ਦੇ ਵਿੱਚ ਸਾਡੇ ਰਹੇ ਨੇ ਸੀਐਮ ਹੈ ਨਾ ਤੇ ਇਹ ਚੀਜ਼ਾਂ ਹਲੇ ਤੱਕ ਕਿਉਂ ਨਹੀਂ ਹੋਈਆਂ ਹਜੇ ਤੱਕ ਅਸੀਂ ਇਹ ਕਿਸਾਨੀ ਦਾ ਭਾਰ ਘਟਾਉਣ ਦਾ ਜਿਹੜਾ ਹੈਗਾ ਆ ਉਸੇ ਤੇ ਹੀ ਕਿਉਂ ਅੜੇ ਪਏ ਕਿਉਂਕਿ ਕਿੰਨੇ ਸਾਲਾਂ ਤੋਂ ਪੰਜਾਬ ਦੇ ਵਿੱਚ ਜਾਂ ਤਾਂ ਕਾਂਗਰਸ ਸੀ ਤੇ ਜਾਂ ਸ਼ਰੋਮਨੀ ਅਕਾਲੀ ਦਲ ਸੀ ਦੋਹੀ ਪਾਰਟੀਆਂ ਸੀਗੀਆਂ ਜਿਹੜੀਆਂ ਰੂਲ ਕਰ ਰਹੀਆਂ ਸੀ ਪਰ ਗੱਲਾਂ ਜਿਹੜੀਆਂ ਨੇ ਹਾਲੇ ਵੀ ਉੱਥੇ ਹੀ ਖੜੀਆਂ ਨੇ ਜਿੱਥੇ ਅੱਜ ਤੋਂ 15 ਸ ਉਹ ਬੈਰੀਅਰ ਜਿਹੜਾ ਹੈਗਾ ਨਾ ਜੀ ਦੇਖੋ ਸਾਈਕੋਲੋਜੀਕਲ ਬੈਰੀਅਰ ਆ ਇੱਕ ਬੱਚਾ ਜਿਹੜਾ ਹੈ ਜਿਹਦਾ ਉਹਦਾ ਪੇਰੈਂਟਸ ਜਿਹੜਾ ਜੇ ਕੱਪੜੇ ਦਾ ਕੰਮ ਕਰਦਾ ਉਹਦਾ ਬੱਚਾ ਉਹਦੇ ਵਿੱਚ ਸਿਕਿਉਰਡ ਮਹਿਸੂਸ ਕਰਦਾ ਉਸ ਤੋਂ ਬਾਅਦ ਤੀਜੀ ਜਨਰੇਸ਼ਨ ਚੌਥੀ ਜਨਰੇਸ਼ਨ ਵੀ ਉਹਦੇ ਵਿੱਚ ਚੱਲਦੇ ਆ ਸਾਡਾ ਜਿਹੜਾ ਫਾਰਮਰ ਆ ਉਹ ਜਿਹੜਾ ਟ੍ਰੈਡੀਸ਼ਨਲ ਕ੍ਰੌਪ ਸਾਈਕਲ ਆ ਸਾਡਾ ਉਹਦੇ ਵਿੱਚ ਸਾਈਕੋਲੋਜੀਕਲੀ ਬੜਾ ਸੇਫ ਮਹਿਸੂਸ ਕਰ ਰਿਹਾ ਸਿਕਿਉਰ ਮਹਿਸੂਸ ਕਰ ਰਿਹਾ ਇਸ ਕਰਕੇ ਉਹ ਕਿਸੇ ਨਵੇਂ ਉਸ ਦੇ ਵਿੱਚ ਪੈਣ ਦੇ ਨਹੀਂ ਥੋੜਾ ਰੈਲਕਟੈਂਟ ਆ ਜੀ ਪਰ ਇਹ ਸਵਾਲ ਇਹ ਸਵਾਲ ਮੇਰਾ ਤੁਹਾਡੀ ਪਾਰਟੀ ਦੇ ਲਈ ਸੀਗਾ ਕਿ ਕੈਪਟਨ ਸਾਹਿਬ ਸੀਗੇ ਹੁਣ ਵੀ ਸੀਐਮ ਕੈਪਟਨ ਸਾਹਿਬ ਰਹੇ ਨੇ ਸਾਡੇ 4 ਸਾਲ ਉਹਦੇ ਵਿੱਚ ਕੀ ਕੁਝ ਕੀਤਾ ਗਿਆ ਉਹ ਸਾਰੀਆਂ ਚੀਜ਼ਾਂ ਤੇ ਉਵੇਂ ਦੀਆਂ ਉਵੇਂ ਹੀ ਨਹੀਂ ਨਾ ਉਹ ਮੈਂ ਤੁਹਾਨੂੰ ਦੱਸਦਾ ਜੀ ਕਿ ਅਸੀਂ ਜਿਹੜਾ ਹੈਗਾ 5000 ਜਿਹੜਾ ਕਰੋੜ ਰੁਪਇਆ ਫਾਰਮਰਸ ਦਾ ਜਿਹੜੇ 5 ਏਕੜ ਤੱਕ ਦੇ ਸੀ ਤੇ 2 ਲੱਖ ਰੁਪਏ ਇੱਕ ਦਾਦ ਲੋਨ ਸੀ ਉਹ ਸਾਰਾ ਉਹਨਾਂ ਦਾ ਮਾਫ ਕੀਤਾ ਵੇਵ ਆਫ ਉਹਦੇ ਵਿੱਚ ਪੌਣੇ 6 ਲੱਖ ਜਿਹੜੇ ਫਾਰਮਰ ਉਹਦੇ ਵਿੱਚ ਕਵਰ ਹੁੰਦੇ ਆ ਹੁਣ ਜਿਹੜੇ ਬਾਕੀ ਬਚ ਗਏ ਸਾਰੇ ਫਾਰਮਰਸ ਅਪ ਟੂ 5 ਏਕੜ 2 ਲੱਖ ਤੱਕ ਦਾ ਸਾਰਾ ਲੋਨ ਜਿਹੜਾ ਹੈਗਾ ਉਸ ਨੂੰ ਬੇਵਕਨ ਦੀ ਵਿਵਸਥਾ ਹੈ ਗਈ ਆ ਔਰ ਇਹਨਾਂ ਦਾ ਜਿਹੜਾ ਹੈਗਾ ਟ੍ਰੇਡ ਜਿਹੜਾ ਹੈ ਇਸ ਨੂੰ ਹੋਰ ਜਿਹੜੇ ਸਾਡੇ ਫੂਡ ਪ੍ਰੋਡਕਟਸ ਨੇ ਅਸੀਂ ਹਰ ਜਿਹੜਾ ਹੈ ਡਿਸਟ੍ਰਿਕਟ ਦੇ ਵਿੱਚ ਇੱਕ ਜਿਹੜਾ ਫੂਡ ਪਾਰਕ ਜਿਹੜਾ ਹੈ ਮੈਗਾ ਫੂਡ ਪਾਰਕ ਉਸ ਨੂੰ ਲੈ ਕੇ ਆਉਣ ਦੇ ਲਈ ਕੀ ਹੋਏਗਾ ਕਿ ਜਿਹੜਾ ਜਿਹੜਾ ਨੌਜਵਾਨ ਆ ਜਿਹੜੇ ਨਾ ਸਰ ਆਲਰੇਡੀ ਸੈਂਟਰ ਵੱਲੋਂ ਅਪਰੂਵ ਸੀਗੇ ਤਿੰਨ ਜਿਹੜੇ ਸੀਗੇ ਔਰ ਇੱਕ ਜਿਹੜਾ ਆਲਰੇਡੀ ਚੱਲ ਰਿਹਾ ਸੀ ਸਿਰਫ ਉਹ ਹੀ ਵਰਕਿੰਗ ਹੈ ਦੂਜੇ ਦੋ ਦਾ ਕੀ ਬਣਿਆ ਉਹਦੇ ਬਾਰੇ ਕੋਈ ਦੱਸ ਲਈ ਸਰ ਜੀ ਜੀ ਤੁਹਾਡੇ ਤੋਂ ਮੇਰਾ ਇਹ ਸਵਾਲ ਹੈ ਕਿ ਕੀ ਸਿਰਫ ਐਗਰੀਕਲਚਰ ਨੂੰ ਇਸ ਸਾਈਕਲ ਦੇ ਵਿੱਚੋਂ ਕੱਢ ਕੇ ਪੰਜਾਬ ਦਾ ਜਿਹੜਾ ਕਰਜ਼ਾ ਉਤਾਰਿਆ ਜਾ ਸਕਦਾ ਹੈ ਨਹੀਂ ਐਸਾ ਨਹੀਂ ਹੈਗਾ ਕਿ ਕਲਾਸੀਂ ਐਗਰੀਕਲਚਰ ਤੋਂ ਹੀ ਕਰਜ਼ਾ ਉਤਾਰ ਸਕਾਂਗੇ ਜਿੰਨਾ ਕਿਸਾਨ ਆਪਣੀ ਮਦਦ ਕਰ ਸਕਦਾ ਹੈ ਪੂਰੇ ਹਿੰਦੁਸਤਾਨ ਤੋਂ ਕੀਤੀ ਹੈ ਕਮਰਦੋਸਤਾਂ ਉਹਦੋਂ ਉਹਨਾਂ ਨੇ ਗ੍ਰੀਨ ਰੈਵਿਊਲੂਸ਼ਨ ਲਿਆ ਕੇ ਪੰਜਾਬ ਦੇ ਲੋਕਾਂ ਨੇ ਇਹਨਾਂ ਦੇ ਕਿਸਾਨਾਂ ਨੇ ਸਾਰੇ ਹਿੰਦੁਸਤਾਨ ਨੂੰ ਰੋਜ਼ਾਇਆ ਲੇਕਿਨ ਅੱਜ ਲੋੜ ਹੈਗੀ ਹੈ ਜਿਹੜੀ ਸੈਂਟਰ ਗਵਰਨਮੈਂਟ ਹੈ ਉਹਨੂੰ ਵੀ ਬਾਹ ਫੜਨ ਦੀ ਕਿਸਾਨਾਂ ਦੀ ਲੇਕਿਨ ਉਹ ਬਾਹ ਫੜਨ ਦੀ ਬਜਾਏ ਉਹਨਾਂ ਨੂੰ ਅਤਵਾਦੀ ਵੱਖਵਾਦੀ ਪਤਾ ਨਹੀਂ ਕੀ ਕੁਝ ਕਹਿ ਗਏ ਔਰ 1 ਸਾਲ ਤੱਕ ਬਾਰਡਰ ਤੇ ਬਿਠਾਈ ਰੱਖਿਆ ਔਰ ਲਾਰੇ ਲਾ ਕੇ ਉੱਥੋਂ ਦੇ ਉਠਾ ਦਿੱਤਾ ਗਿਆ ਲਾਰੇ ਲਾ ਕੇ ਠਾਉਣ ਤੋਂ ਬਾਅਦ ਦੇ ਵਿੱਚ ਕੋਈ ਸੁਣਵਾਈ ਨਹੀਂ ਹੋ ਰਹੀ ਹੁਣ ਔਰ ਜਿਹੜੇ ਲੋਕ ਉੱਥੇ ਬਾਰਡਰ ਦੇ ਬੈਠੇ ਸੀਗੇ ਉਹ ਵੀ ਹੁਣ ਰਾਜਨੀਤਿਕ ਉਹਦੇ ਵਿੱਚ ਆ ਗਏ ਤੇ ਹੁਣ ਉਹ ਕੌਣ ਬਾਹ ਫੜੇਗਾ ਕਿਸਾਨਾਂ ਦੀ ਇਹ ਤੇ ਆਉਣ ਵਾਲਾ ਸਮਾਂ ਦੱਸੇਗਾ ਔਰ ਜਿੰਨਾ ਤੱਕ ਸਵਾਲ ਹੈਗਾ ਕਾਂਗਰਸ ਦੇ ਜਿਹੜੀ ਪਾਰਟੀ ਬਣੀ ਹੈਗੀ ਹੈ ਨਵੀਂ ਕੈਪਟਨ ਸਾਹਿਬ ਦੀ ਕੈਪਟਨ ਸਾਹਿਬ ਪੌਣੇ ਪੰਜ ਸਾਲ ਤੱਕ ਤੇ ਕੁਝ ਕੀਤਾ ਨਹੀਂ ਉਹਨਾਂ ਨੇ ਜਿਹੜੀਆਂ ਝੂਠੀਆਂ ਸੌਂਵਾਂ ਖਾਧੀਆਂ ਸੀਗੀਆਂ ਗੁਟਕਾ ਸਾਹਿਬ ਦੀਆਂ ਉਹ ਛੜਤੀਆਂ ਔਰ ਅੱਜ ਕਾਂਗਰਸ ਨਾਲ ਨਕਾਰਤਾ ਔਰ ਨਕਾਰੇ ਹੋਏ ਬੰਦੇ ਨੂੰ ਜਿਹੜਾ ਹੈਗਾ ਅੱਗੇ ਭਾਜਪੀ ਨੇ ਫੜ ਲਿਆ ਬਾਹ ਫੜ ਲਈ ਉਹਨਾਂ ਦੀ ਔਰ ਭਾਜਪੀ ਜਿਹੜੀ ਹੈਗੀ ਹੈ ਅਗਰ ਮੈਂ ਦੋਨੋਂ ਦੇਖਾਂ ਤੀਹਾਂ ਤਾਂ ਕਿਤਨਾ ਕਿਤੇ ਕਿਸਾਨਾਂ ਦੇ ਵਿਰੁੱਧ ਹੀ ਹੋ ਰਹੇ ਨੇ ਜਾਂ ਤੇ ਕਿਸਾਨਾਂ ਦੇ ਬੱਚਿਆਂ ਨੂੰ ਕੈਪਟਨ ਸਾਹਿਬ ਨੌਕਰੀਆਂ ਦਿੰਦੇ ਜਿਸ ਤਰ੍ਹਾਂ ਅਸੀਂ ਉਹਨਾਂ ਲਈ ਰੋਜ਼ਗਾਰ ਪੈਦਾ ਕੀਤਾ ਸੀਗਾ ਸੌविधा ਕੇਂਦਰ ਖੋਲੇ ਸੀਗਾ ਉਹਨਾਂ ਰੋਜ਼ਗਾਰ ਦੇਣ ਦੀ ਕੋਸ਼ਿਸ਼ ਕੀਤੀ ਅਸੀਂ ਪਰ ਇਸ ਵਕਤ ਦਾ ਇਹ ਸਵਾਲ ਹੈ ਨਾ ਕਿ ਜਿਹੜਾ ਕਰਜ਼ੇ ਦੀ ਤੁਸੀਂ ਗੱਲ ਕਰਦੇ ਹੋ ਵੀ ਅਸੀਂ ਜਿਹੜਾ ਇਨਫਰਾਸਟ੍ਰਕਚਰ ਆ ਉਹਨੂੰ ਵਧਾਵਾਂਗੇ ਅਸੀਂ ਕਰਜ਼ੇ ਕਰਜ਼ਾ ਮੁਕਤ ਪੰਜਾਬ ਦਵਾਂਗੇ ਲੋਕਾਂ ਨੂੰ ਕਿਵੇਂ ਦਵੋਗੇ ਮੇਰਾ ਸਵਾਲ ਹੈ ਮ ਪਹਿਲਾਂ ਵੀ ਅਸੀਂ ਜਦੋਂ ਸਰਪ੍ਰਕਾਰ ਸਿੰਘ ਬਾਦਲ ਹੁਣੀ ਸੀਗੇ ਜਿਹੜਾ ਇਹ ਕਰਜ਼ਾ ਚੜਿਆ ਹੈ ਇਹ ਕਰਜ਼ਾ ਜਿਹੜੇ ਕਾਲਾ ਦੌਰ ਸੀਗਾ ਉਹਦਾ ਕਰਕੇ ਚੜਨਾ ਸ਼ੁਰੂ ਹੋਇਆ ਸੀਗਾ ਔਰ ਉੱਚ ਅਸੀਂ 72000 ਕਰੋੜ ਰੁਪਇਆ ਆਏ ਕੇ ਗੁਜਰਾਲ ਪ੍ਰਾਈਮ ਮਿੰისტਰ ਸੀਗੇ ਉਹਨਾਂ ਦੀ ਹੈਲਪ ਦੇ ਨਾਲ ਜਿਹੜਾ ਇਥੇ ਮਾਫੀ ਕਰਵਾਇਆ ਜਿਹੜਾ ਕਿ ਕਾਂਗਰਸ ਬਨਮੋਨ ਸਿੰਘ ਨੇ 10 ਸਾਲ ਪ੍ਰਧਾਨ ਮੰਤਰੀ ਰਏ ਨੇ ਉਸ ਤੋਂ ਪਹਿਲਾਂ ਸੀਮਰਾਓ ਵੀਰੇ ਨੇ ਬਾਕੀ ਵੀਰੇ ਨੇ ਲੇਕਿਨ 1 ਰੁਪਇਆ ਇਹਨਾਂ ਨੇ ਮਾਫੀ ਨਹੀਂ ਕਰਾਇਆ ਕਿਉਂਕਿ ਚੜਿਆ ਇਹਨਾਂ ਦਾ ਕਰਕੇ ਆ ਕਾਂਗਰਸ ਦੀਆਂ ਹੀ ਜਿਹੜੀਆਂ ਗਲਤ ਨੀਤੀਆਂ ਸੀ ਉਹਦਾ ਕਰਕੇ ਪੰਜਾਬ ਤੇ ਕਰਜ਼ਾ ਚੜਿਆ ਸੀਗਾ ਲੇਕਿਨ 1 ਰ ਔਰ ਹੁਣ ਵੀ ਜਿਹੜਾ 5 ਸਾਲ ਨੇ ਇਸ 5 ਸਾਲ ਦੇ ਵਿੱਚ ਸਵਾ ਲੱਖ ਕਰੋੜ ਰੁਪਏ ਨੇ ਕਰਜ਼ਾ ਪੰਜਾਬ ਤੇ ਚੜਾਇਆ ਹੈ ਲੇਕਿਨ ਕਿਤੇ ਡਿਵੈਲਪਮੈਂਟ ਕਿਤੇ ਨਜ਼ਰ ਨਹੀਂ ਆਉਂਦੀ ਕਿਤੇ ਕੋਈ ਨਵੀਂ ਸੜਕ ਬਣੀ ਹੋਵੇ ਕੋਈ ਪੁਲ ਬਣਿਆ ਹੋਵੇ ਕੋਈ ਨਵੀਂ ਰੇਲਵੇ ਲਾਈਨ ਵਜਵਾਈ ਹੋਵੇ ਨਾ ਜਾਂ ਕੋਈ ਨਵਾਂ ਕੋਈ ਕੰਪਲੈਕਸ ਬਣਾਇਆ ਹੋਵੇ ਜਾਂ ਬੱਚਿਆਂ ਵਾਸਤੇ ਕੁਝ ਕੀਤਾ ਹੋਵੇ ਕਿਸਾਨਾਂ ਵਾਸਤੇ ਕੀਤਾ ਹੈ EMPLOYEES ਵਾਸਤੇ ਕੁਝ ਕੀਤਾ ਹੋਵੇ ਕੋਈ ਨਜ਼ਰ ਨਹੀਂ ਆਉਂਦੀ ਕਿਤੇ ਵੀ ਲੇਕਿਨ ਸਾਡੇ ਕਿਤੇ ਹੋਏ ਕੰਮ ਨਜ਼ਰ ਆਉਂਦੇ ਆ ਮੈਂ ਮੇਰੇ ਨਾਲ ਕਿਸਾਨ ਮੋਰਚੇ ਤੋਂ ਬੈਠੇ ਨੇ ਔਰ ਇਹ ਇਲੈਕਸ਼ਨ ਵੀ ਲੜ ਰਹੇ ਨੇ ਇਹ ਕਹਿੰਦੇ ਵੀ ਅਸੀਂ ਕਿਤੇ ਵੀ ਜਿਹੜਾ ਹੈਗਾ ਫ੍ਰੀ ਜਿਹੜਾ ਸਿਸਟਮ ਹੈ ਉਹਨੂੰ ਲੈ ਕੇ ਆ ਰਹੇ ਲੇਕਿਨ ਅੱਜ 13000 ਕਰੋੜ ਦੀ ਹਰ ਸਾਲ ਦੀ ਹਸਲਾਣਾ ਬਿਜਲੀ ਜਿਹੜੀ ਹੈ ਉਹਨਾਂ ਦੀ ਮੋਟਰਾਂ ਐ ਫ੍ਰੀ ਚਲਾਉਂਦੇ ਨੇ ਅੱਜ ਐਨਾਉਂਸ ਕਰਦੇ ਨ ਵੀ ਨਹੀਂ ਜੀ ਅਸੀਂ ਬਿਲਕੁਲ ਫਰੀ ਨਹੀਂ ਲਵਾਗੇ ਔਰ ਜਦੋਂ ਕਰਜ਼ਾ ਮਾਫੀ ਦੀ ਗੱਲ ਹੋਈ ਸੀ ਉਹ ਚ ਪੱਠਲ ਵਰਗੇ ਜਾਂ ਵਡੇੜੇ ਲੋਕ ਸੀਗੇ ਉਹਨਾਂ ਸਭ ਤੋਂ ਪਹਿਲਾਂ ਆਪਣੇ ਕਰਜ਼ੇ ਮਾਫ ਕਰਾਏ ਜੀ ਉਹ ਚ ਮਨਪ੍ਰੀਤ ਬਾਦਲ ਵਰਗੇ ਵੀ ਇਨਵੋਲਡ ਸੀਗੇ ਜੀ ਔਰ ਉਹਨਾਂ ਦੇ ਅਗੇਂਸਟ ਕਿੰਨੇ ਕਿੰਨੇ ਕਰੋੜ ਦੇ ਲੱਖ ਦੇ ਜਿਹੜੇ ਹੈਗੇ ਅਜੇ ਵੀ ਬਿੱਲ ਪੈਂਡਿੰਗ ਪਏ ਹੋਏ ਬਿਲਕੁਲ ਬਿਲਕੁਲ ਗੱਲ ਇਹ ਹੈ ਕਿ ਤੁਸੀਂ ਆਪਣੇ ਲੋਕਾਂ ਨੂੰ ਤੇ ਕਰਜ਼ਾ ਮਾਫ਼ ਕਰਾਤਾ ਲੇਕਿਨ ਥੜ੍ਹੇ ਤੱਕ ਕਿੱਥੇ ਲੈ ਕੇ ਗਏ ਔਰ ਅਸੀਂ ਤੇ ਅਕਾਲੀ ਦਲ ਤੇ ਆਲਰੇਡੀ 13000 ਕਰੋੜ ਦੀ ਬਿਜਲੀ ਜਿਹੜੀ ਹੈ ਆਲਰੇਡੀ ਕਿਸਾਨਾਂ ਨੂੰ ਫ੍ਰੀ ਦੇ ਰਿਆ ਹੈਗਾ ਜੀ ਔਰ ਜਿਹਦੇ ਵੀ ਨਾਇਦੇ ਕਹਿੰਦਾ ਵੀ ਇਹ ਇਹ ਨਾਅਜ਼ ਕਰ ਦੇਣਾ ਆਪਣੇ ਮੈਨੀਫੈਸਟੋ ਕਿਹਾ ਹੁੰਦੇ ਜਿਹੜੀ ਬਿਜਲੀ ਫ੍ਰੀ ਮਿਲ ਰਹੀ ਉਹ ਵੀ ਨਹੀਂ ਲਵਾਵਾਂਗੇ ਅਸੀਂ ਜੀ ਮੈਂ ਮੇਰੇ ਸਾਥੀ ਮੇਰੇ ਸਾਰੇ ਸਾਰੇ ਇਹਦੇ ਨਾਲ-ਨਾਲ ਮੈਂ ਤੁਹਾਡੇ ਤੋਂ ਤੁਹਾਡਾ ਵੀ ਰੋਡ ਮੈਪ ਜਾਨਣਾ ਚਾਹੁੰਗਾ ਕਿ ਤੁਸੀਂ ਕਰਜ਼ਾ ਕਿਵੇਂ ਲਾਉਣਾ ਚਾਹੁੰਦੇ ਹੋ ਪੰਜਾਬ ਮੈਂ ਮੇਰੇ ਜਿਹੜੇ ਸਾਰੇ ਜੋ ਮੈਂ ਬੋਲਿਆ ਮੇਰੇ ਸਾਥੀਆਂ ਨੂੰ ਗਲਤ ਲੈ ਗਏ ਨੇ ਮੈਂ ਇਹ ਕਹਿ ਰਿਹਾ ਕਿ ਕਰਜ਼ਾ ਮਾਫੀ ਦੀ ਸਾਨੂੰ ਲੋੜ ਨਹੀਂ ਹੈ ਸਾਨੂੰ ਸਾਡੀ ਆਮਦਨ ਵਧਾਈ ਜਾਵੇ ਜਿਹੜੀ ਪਰ ਇਕੜ ਜਿਹੜੀ ਸਾਡੀ ਫਸਲ ਉਗਾਉਣ ਤੇ ਜਿਹੜੀ ਕਾਸਟ ਹੈ ਉਹ ਸਾਡੀ ਜਿਹੜੀ ਹੈ ਆਮਦਨ ਤੋਂ ਜ਼ਿਆਦਾ ਪੈ ਰਹੀ ਹੈ ਈਵਨ ਕਿ ਦੁੱਧ ਵੀ ਜਿਹੜਾ ਹੈਗਾ ਕਿਸਾਨ ਪੈਦਾ ਕਰਦਾ ਉਹ ਪੱਲਿਓ ਪੈਸੇ ਪਾ ਕੇ ਜਿਹੜਾ ਉਹ ਕਰ ਰਿਹਾ ਉਹਦਾ ਇੱਕੋ ਹੀ ਹੱਲ ਹੈ ਕਿ ਜੇ ਤੁਸੀਂ ਇੰਡਸਟਰੀ ਜਿਹੜੀ ਹੈਗੀ ਆ ਲਘੂ ਉਦਯੋਗ ਜਿਹੜੇ ਨੇ ਖੇਤੀਬਾੜੀ ਬੇਸਡ ਖੋਲੋਗੇ ਉਹਦਾ ਉਹਦਾ ਹੱਲ ਤਾਂ ਹੀ ਹੋ ਸਕਦਾ ਤਾਂ ਹੀ ਕਿਸਾਨ ਦੀ ਆਮਦਨ ਵੱਧ ਸਕਦੀ ਹੈ ਜੇ ਕਿਸਾਨ ਦੀ ਆਮਦਨ ਉਗੀ ਤਾਂ ਇਸ ਜਿਹੜਾ ਕਿਸਾਨ ਨੂੰ ਬਿੱਲ ਦੇਣਾ ਕੋਈ ਦੁੱਖਦਾ ਨਹੀਂ ਆ ਔਰ ਇਹਨਾਂ ਨੇ ਜਿੱਥੋਂ ਤੱਕ ਬਿਜਲੀ ਫਰੀ ਦੀ ਗੱਲ ਕਰੀ ਤੇ 4000 ਜੁਨਟਾਂ ਮੰਤਰੀਆਂ ਦੀਆਂ ਆਪਣੀਆਂ ਫਰੀ ਨੇ ਇਹਨਾਂ ਦੇ ਆਪਣੇ ਘਰਾਂ ਦੇ ਵਿੱਚ ਜਿਹੜਾ ਬਿਜਲੀ ਫਰੀ ਹੈ ਪਰ ਇਹਨਾਂ ਦੀ ਕਿਸਾਨ ਦੀ ਇਹਨਾਂ ਨੂੰ ਦੁੱਖਦੀ ਹੈ ਔਰ ਜਿੱਥੋਂ ਤੱਕ ਜੇ ਬਿਜਲੀ ਫਰੀ ਦੀ ਜਾਂ ਟੋਟਲ ਸਬਸਿਡੀ ਦੀ ਗੱਲ ਕਰੀ ਜਾਵੇ ਤਾਂ ਤੁਸੀਂ ਅਮਰੀਕਾ ਯੂਰਪ ਵਰਗੇ ਦੇਸ਼ਾਂ 'ਚ ਦੇਖੋ ਤੁਸੀਂ ਯੂਰਪ ਦੇ ਵਿੱਚ ਇੱਕ ਕਿਸਾਨ ਨੂੰ 4800 ਪਾਉਂਡ ਦੀ ਜਿਹੜੀ ਜਿਹੜੀ ਆਪਣਾ ਬਿਜਲੀ ਜੋ ਸਹਾਇਤਾ ਦਿੱਤੀ ਜਾਂਦੀ ਹੈ ਔਰ ਯੂ ਐਸ ਏ ਦੇ ਵਿੱਚ 8400 ਡਾਲਰ ਦੀ ਸਹਾਇਤਾ ਦਿੱਤੀ ਜਾਂਦੀ ਹੈ ਉਸ ਲੈਵਲ ਤੇ ਉਸ ਲੈਵਲ ਤੇ ਆ ਕੇ ਜੇ ਦੇਖੀਏ ਤਾਂ ਪੰਜਾਬ ਦਾ ਜਾਂ ਭਾਰਤ ਦਾ ਜਿਹੜਾ ਕਿਸਾਨ ਹੈ ਉਹਨੂੰ ਸਿਰਫ 250 ਡਾਲਰ ਦੀ ਸਬਸਿਡੀ ਮਿਲ ਰਹੀ ਹੈ ਤੇ ਉਹ ਉਹਦੇ ਚੋਂ ਵੀ ਇਸ ਵਾਰ ਮੋਦੀ ਜੀ ਨੇ 35000 ਕਰੋੜ ਰੁਪਏ ਤੱਕ ਖਾਦ ਦੀ ਜਿਹੜੀ ਸਬਸਿਡੀ ਹੈ ਉਹ ਚੋ ਕੱਟ ਲਿਆ ਤੇ ਉਸ ਤੋਂ ਬਾਅਦ ਜਿਹੜਾ ਨਰੇਗਾ ਦੇ ਵਿੱਚ ਜਿਹੜਾ ਰੁਜ਼ਗਾਰ ਮਿਲਦਾ ਸੀ ਗਰੀਬਾਂ ਨੂੰ 2 ਸਾਲਾਂ ਦੇ ਵਿੱਚ 27000 ਕਰੋੜ ਰੁਪਏ ਉਹ ਕੱਟ ਲਿਆ ਤੇ ਇਸੇ ਤਰ੍ਹਾਂ ਜਿਹੜਾ ਪੀ ਡੀ ਐਸ ਸਿਸਟਮ ਜੀ ਦੇ ਵਿੱਚ ਆ ਅਨਾਜ ਜਾਂ ਦਾਲਾਂ ਗਰੀਬਾਂ ਨੂੰ ਮਿਲਦੀਆਂ ਨੇ ਉਹਦੇ ਵਿੱਚ 20000 ਕਰੋੜ ਰੁਪਇਆ ਉਹ ਕੱਟ ਲਿਆ ਤੇ ਇਹ ਜਿਹੜਿਆ ਕਰਜ਼ੇ ਮਾਫੀ ਦੀ ਗੱਲ ਕਰਦੇ ਨੇ ਕਰਜ਼ਾ ਉਤਾਰਨਗੇ ਕਿਵੇਂ ਹੋਰ ਕਰਜ਼ਾ ਲੈ ਕੇ ਉਤਾਰਨਗੇ ਮੈਂ ਤਾਂ ਦੇਖੋ ਇੱਕ ਕਰਜ਼ਾ ਮਾਫ ਕਿਉਂ ਕਰਾਇਆ ਜਾਵੇ ਅਸੀਂ ਕਰਜ਼ਾ ਤਾਰ ਨਹੀਂ ਸਕਦੇ ਜੇ ਅਸੀਂ ਕਰਜ਼ਾ ਲੈ ਸਕਦੇ ਸੀ ਆਪਣੀ ਡਵੈਲਪਮੈਂਟ ਦੇ ਲਈ ਕਿਉਂਕਿ ਤੁਸੀਂ ਕਿਸਾਨ ਨੂੰ ਇੱਕ ਰਹਿਮੋ ਕਰਮ ਤੇ ਉਹਦੀ ਵੋਟ ਲੈਣ ਲਈ ਸਾਰੇ ਵਰਗਾਂ ਨੂੰ ਤੁਸੀਂ ਇੰਨਾ ਕੁ ਮਜਬੂਰ ਕਰਕੇ ਰੱਖਿਆ ਕਿ ਉਹਨੂੰ ਤੁਸੀਂ ਨਾ ਉਹਨੂੰ ਤੁਸੀਂ ਆਮਦਨ ਦੇ ਰਹੇ ਹੋ ਅਕਾਲੀਆਂ ਦਾ ਦੇਖ ਲਓ ਕਿ ਜੀ 10 ਲੱਖ ਰੁਪਇਆ ਲੈ ਲਓ ਆਈਲਰਟਸ ਕਰਕੇ ਦੇ ਬਾਹਰ ਜਾਓ ਇਹ ਹੱਲ ਹੈ ਜਿੰਨਾ ਸਾਡਾ ਯੂਥ ਹਰ ਸਾਲ ਨਵੇਂ ਯੂਥ 9.5 ਲੱਖ ਰਜਿਸਟ੍ਰੇਸ਼ਨ ਹੁੰਦੀ ਸੀ ਨਵੇਂ VOTING ਦੀ ਇਸ ਸਾਲ ਸਿਰਫ 2.5 ਲੱਖ ਰਹਿ ਗਈ ਆ ਇੰਨੀ ਇੰਨੀ ਮਾਈਗ੍ਰੇਸ਼ਨ ਜੇ ਕਿਸੇ ਯੂਰਪ ਵਰਗੇ ਦੇਸ਼ ਚ ਹੋਵੇ ਨਾ ਐਮਰਜੈਂਸੀ ਲੱਗ ਜਾਈ ਉੱਥੇ ਤੇ ਸਾਡੇ ਤਾਂ ਕਹ ਰਹੇ ਨੇ ਲੌਜ ਕਰ ਜਾ ਤੇ ਜਾਓ ਗਲੋ ਲਹੋ ਸਾਡੇ ਤਾਂ ਕੀ ਆ ਜੀ ਕੀ ਕੀ ਕਹਿਣਾ ਚਾਹੁੰਗਾ ਜਿਹੜੀ ਇਹ ਗੱਲ ਕਹਿ ਰਹੇ ਨੇ ਕਿ ਜੀ ਨਵੇਂ ਰੋਜ਼ਗਾਰ ਲੈ ਕੇ ਆਉਣੇ ਸਰਦਾਰ ਸੁਖੀਰ ਬਾਦਲ ਹੁਣਾਂ ਨੇ ਅਸਰਾ ਪ੍ਰਕਾਸ਼ ਸਿੰਘ ਬਾਦਲ ਹੁੰਦਾ ਵਿਜ਼ਨ ਬੜਾ ਕਲੀਅਰ ਸੀ ਉਹਨਾਂ ਨੇ ਟੂਰਿਜ਼ਮ ਡਿਪਾਰਟਮੈਂਟ ਜਿਹੜਾ ਡਿਵੈਲਪ ਕੀਤਾ ਉਹਦੇ ਵਿੱਚ ਚਾਹੇ ਉਹ ਪਾਣੀ ਵਾਲੀ ਬੱਸ ਚਲਾਈ ਜਾਂ ਜਿਹੜੇ ਲੋਕ ਢੇਰਿਆਂ 'ਚ ਰਹਿੰਦੇ ਨੇ ਪਿੰਡਾਂ ਦੇ ਵਿੱਚ ਜਿਨ੍ਹਾਂ ਦੇ ਫਾਰਮ ਹਾਊਸ ਨੇ ਉਹਨਾਂ ਨੂੰ ਇੱਕ ਮੌਕਾ ਦਿੱਤਾ ਕਿ ਉਹਨਾਂ ਫਾਰਮ ਹਾਊਸ ਨੂੰ ਉਹ ਬੈਡ ਐਂਡ ਬ੍ਰੇਕਫਾਸਟ ਦੇ ਤੌਰ ਤੇ ਤੇ ਯੂਜ਼ ਕਰਨ ਔਰ ਜਿਹੜੇ ਲੋਕ ਸ਼ਹਿਰਾਂ 'ਚ ਰਹਿੰਦੇ ਨੇ ਉਹ ਪਿੰਡਾਂ ਦਾ ਮਾਹੌਲ ਦੇਖਣੋਂ ਆਸੇ ਉੱਥੇ ਜਾਣ ਅੱਜ ਲਗਭਗ ਕੋਈ 400 ਤੋਂ ਉੱਪਰ ਐਸੇ ਫਾਰਮ ਹਾਊਸ ਨੇ ਜਿਹੜੇ ਰਿਸਟਰਡ ਨੇ ਉਸ ਚੀਜ਼ ਵਾਸ ਦਾ ਕਿ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਲੋਕ ਰਹਿੰਦੇ ਨੇ ਉਥੋਂ ਦੀ ਆਮਦਨ ਦਾ ਸਾਧਨ ਬਣੀਆਂ ਉਹਨਾਂ ਦਾ ਜੀ ਲੇਕਿਨ ਇਹ ਸਰਕਾਰ ਨੇ ਕਿ ਉਹ ਵੀ ਬੰਦ ਕਰਤਾ ਜਿਹੜਾ ਇਹਨਾਂ ਨੇ 10 ਲੱਖ ਦੀ ਗੱਲ ਕੀਤੀ ਅਸੀਂ ਸਟੂਡੈਂਟਸ ਨੂੰ ਦੇ ਰਹੇ ਹਾਂ ਕਿ ਬਾਹਰ ਜਾਣ ਲਈ 18% ਰੇਟ ਆਫ ਇੰਟਰਸਟ ਹੈ ਜਿਹੜੇ ਬੈਂਕ ਨੇ ਉਹਨਾਂ ਦਾ ਅਸੀਂ ਉਹਨਾਂ ਨੂੰ ਇੰਟਰਸਟ ਤੋਂ ਫ੍ਰੀ ਜਿਹੜਾ ਕਰਜ਼ਾ ਦੇ ਰਹੇ ਹਾਂ ਆਦਰਵਾਇਜ਼ ਜਿਹੜਾ ਕਿਸਾਨ ਸੁਸਾਈਡ ਕਰ ਰਿਹਾ ਹੈ ਉਹ ਹੋਰ ਸੁਸਾਈਡ ਵਧੇਗੀ ਕਿਉਂਕਿ ਉਹ ਕਰਜ਼ਾ ਲੋਣ ਵਾਸਤੇ ਪੈਸੇ ਨਹੀਂ ਹੈਗੇ ਔਰ ਜਿਹੜਾ ਬੱਚਾ ਬਾਹਰ ਗਿਆ ਹੈਗਾ ਉਸੇ ਜਾ ਕੇ ਉਹ ਲੇਬਰ ਕਰਕੇ ਉਸ ਕਰਜ਼ੇ ਨੂੰ ਲੋਣ ਦੀ ਕੋਸ਼ਿਸ਼ ਕਰ ਰਿਹਾ ਹੈ ਜੀ ਅਗਰ ਉਹਦਾ ਦਿਮਾਗ ਫ੍ਰੀ ਹੋਏਗਾ ਜਾ ਕੇ ਆਪਣੀ ਸਟੱਡੀ ਕਰੇਗਾ ਕੋਈ ਚੰਗੀ ਜੌਬ ਲਏਗਾ ਔਰ ਚੰਗਾ ਅਗੇ ਬਣ ਕੇ ਨਿਕਲੇਗਾ ਔਰ ਇੱਥੇ ਵੀ ਜਿਹੜਾ ਹੈਗਾ ਚੰਗੀ এডਿਕੇਸ਼ਨ ਲੈ ਪਾਰੇ ਉਥੇ ਔਰ ਲੇਬਰ ਕਲਾਸ ਬਣ ਕੇ ਉਹਨਾਂ ਸ਼ਹਿਰਾਂ ਜਿਹੜੇ ਕੰਟਰੀ ਉਹਨਾਂ 'ਚ ਰਹਿ ਰਿਹਾ ਹੈਗਾ ਅਸੀਂ ਉਹਨਾਂ ਨੂੰ ਅਪਲਿਫਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਲੇਕਿਨ ਆਪਾਂ ਨੂੰ ਤਰੀਕੇ ਨਾਲ ਦੇਖੀ ਤਾਂ ਗਲਤ ਹੈ ਸਿਰਫ ਆਪਾਂ ਐਗਰੀਕਲਚਰ ਦੀ ਗੱਲ ਹੀ ਕਰਦੇ ਆਪਾਂ ਤਾਂ ਓਵਰ ਆਲ ਗੱਲ ਕਰਦੇ ਆ ਕਿ ਤੁਸੀਂ ਤੁਸੀਂ ਸ਼ੁਰੂ ਕੀਤਾ ਕਿ ਅਸੀਂ ਐਗਰੀਕਲਚਰ ਦੇ ਰਾਹੀਂ ਆਮਦਨ ਵਧਾਵਾਂਗੇ ਹੋਰ ਤੁਹਾਡੇ ਕੋਲ ਕਿਹੜੇ-ਕਿਹੜੇ ਜ਼ਰੀਏ ਨੇ ਪੰਜਾਬ ਦੀ ਆਮਦਨ ਵਧਾਉਣ ਦੇ ਖਾਸ ਤੌਰ ਤੇ ਜੇ ਯੂਥ ਦੀ ਗੱਲ ਕੀਤੀ ਜਾਵੇ ਉਹਨਾਂ ਲਈ ਤੁਸੀਂ ਕੀ ਖਾਸ ਕਰ ਰਹੇ ਹੋ ਦੇ ਲਈ ਮੈਂ ਤੁਹਾਨੂੰ ਇਹ ਦੱਸ ਰਿਹਾ ਸੀ ਵੀ ਇੱਕ ਤਾਂ ਜਿਹੜੇ ਜਿਹੜੇ ਐਗਰੀਕਲਚਰ ਦੇ ਨਾਲ ਸਹਿਕਾਰੀ ਜਿਹੜੇ ਧੰਦੇ ਨੇ ਜਿਵੇਂ ਡੇਰੀ ਹੈ ਫਿਸ਼ਰੀ ਹੈ ਪੁਲਟਰੀ ਹੈ ਬੀ ਕੀਪਿੰਗ ਹੈ ਇਹ ਸਾਰਿਆਂ ਦੇ ਉੱਤੇ ਜਿਹੜਾ ਹੈਗਾ ਟ੍ਰੇਨਿੰਗ ਐਸ ਵੈਲ ਐਸ ਲੋਨ ਜਿਹੜਾ ਹੈਗਾ ਅਸੀਂ ਰੂਰਲ ਯੂਥ ਨੂੰ ਦੇਵਾਂਗੇ ਤੇ ਫਿਰ ਜਿਹੜੀ ਕਾਟੇਜ ਇੰਡਸਟਰੀ ਆ ਕਾਰਪਟ ਵੀਵਿੰਗ ਵਾਲੀ ਉਸ ਨੂੰ ਅਸੀਂ ਗਰੋ ਕਰਵਾਵਾਂਗੇ ਤੇ ਔਰ ਉਸ ਤੋਂ ਇਲਾਵਾ ਜਿਹੜਾ ਹੈਗਾ ਹਰ ਡਿਸਟ੍ਰਿਕਟ ਦੇ ਵਿੱਚ ਫੂਡ ਪਾਰਕ ਜਿਹੜਾ ਕਰਾਂਗੇ ਉਹਦੇ ਵਿੱਚੋਂ এমਪਲੋਇਮੈਂਟ ਵੀ ਨਿਕਲੇਗੀ ਉਹਦੇ ਵਿੱਚੋਂ ਇਨਕਮ ਵੀ ਨਿਕਲੇਗੀ ਹਰ ਪ੍ਰਕਾਰ ਦੀ ਔਰ ਸਾਡਾ ਯੂਥ ਇੱਥੇ ਐਬਜ਼ੌਰਬ ਵੀ ਹੋਏਗਾ ਇੱਕ ਗੱਲ ਮੈਂ ਇਹ ਦੱਸਣੀ ਚਾਹੁੰਦਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਸਾਡੇ 4.5 ਸਾਲ ਇੱਥੇ ਰਾਜ ਕੀਤਾ ਜਾਂ ਗਵਰਨੈਂਸ ਦਿੱਤੀ ਆ ਉਹਦੇ ਵਿੱਚ ਜਿਹੜੀ ਡਿਵੈਲਪਮੈਂਟ ਹੋਈ ਆ ਉਹ ਮੈਂ ਤੁਹਾਨੂੰ ਦੱਸਦਾ ਕੋਈ ਬੰਦਾ ਮਹਾਰਾਜਾ ਭਵਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਪਟਿਆਲੇ ਦੇ ਵਿੱਚ ਸਟੈਬਲਿਸ਼ ਕੀਤੀ ਨੋ ਬੋਡੀ ਕੈਂਡਨਾਈ ਜੀ 550ਵੇਂ ਗੁਰਪੁਰਪ ਦੇ ਗੁਰੂ ਨਾਨਕ ਦੇਵ ਜੀ ਦੇ ਉੱਤੇ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਬਣਾਈ ਨੋ ਬੋਡੀ ਕੈਂਡਨਾਈ ਔਰ ਜਿਹੜਾ ਹੈਗਾ ਨਵਾਂ ਸ਼ਹਿਰ ਦੇ ਵਿੱਚ ਇੱਕ ਗਵਰਨਮੈਂਟ ਦਾ ਐਗਰੀਕਲਚਰ ਕਾਲਜ ਜਿਹੜਾ ਉੱਥੇ ਸਟੈਬਲਿਸ਼ ਕੀਤਾ ਉਹ ਉਹਨਾਂ ਨੇ ਕੀਤਾ 18 ਗਵਰਨਮੈਂਟ ਕਾਲਜ ਪੰਜਾਬ ਦੇ ਵਿੱਚ ਉਹਨਾਂ ਨੇ ਦਿੱਤੇ ਉਸ ਤੋਂ ਬਾਅਦ ਤਰਨਤਾਰਨ ਦੇ ਵਿੱਚ ਸ਼੍ਰੀ ਗੁਰਤੇਗ ਬਹਾਦਰ ਜੀ ਜਿਹੜੀ ਯੂਨੀਵਰਸਿਟੀ ਆਫ ਲਾ ਜਿਹੜੀ ਹੈਗੇ ਆ ਉੱਥੇ ਸਟੈਬਲਿਸ਼ ਕੀਤੀ ਉਸ ਤੋਂ ਬਾਅਦ ਆ ਮਾਈਟਿ ਯੂਨੀਵਰਸਿਟੀ ਪ੍ਰਾਈਵੇਟ ਯੂਨੀਵਰਸਿਟੀਆਂ ਕਿੰਨੀ ਇਹ ਤਾਂ ਸਾਰਾ ਐਜੂਕੇਸ਼ਨ ਦਾ ਜਿਹੜਾ ਹੈ ਉਹਨਾਂ ਨੇ ਇੱਕ ਤਰੀਕੇ ਦਾ ਨੈਟਵਰਕ ਜਿਹੜਾ ਹੈਗਾ ਪੰਜਾਬ ਦੇ ਵਿੱਚ ਜਿਹੜਾ ਸਟੈਬਲਿਸ਼ ਕੀਤਾ ਸਿਮਲਰਲੀ ਜਿਹੜੀ ਆਪਾਂ ਹੋਰ ਉਹਨਾਂ ਨੂੰ ਲਈਏ ਇੰਪਲॉयਮੈਂਟ ਦੇ ਐਂਗਲ ਤੋਂ ਲਈਏ ਇੰਪਲॉयਮੈਂਟ ਉਹਨਾਂ ਨੇ ਕਹਿਆ ਰੋਜ਼ਗਾਰ ਦੇਵਾਂਗੇ ਰੋਜ਼ਗਾਰ ਇਜ਼ ਅ ਮਲਟੀ ਡਾਈਮੈਂਸ਼ਨਲ ਕਨਸੈਪਟ ਜੀ ਬਿਲਕੁਲ ਜਿਸ ਦੇ ਵਿੱਚ ਕੀ ਹੈਗਾ ਕਿ ਨੌਕਰੀਆਂ ਵੀ ਆ ਪ੍ਰਾਈਵੇਟ ਸੈਕਟਰ ਵੀ ਆ ਗਵਰਨਮੈਂਟ ਸੈਕਟਰ ਵੀ ਆ ਔਰ ਸੈ ਉਹ ਇਮਪਲੋਇਮੈਂਟ ਰੋਜ਼ਗਾਰ ਮੇਲੇ ਲਗਾਏ ਗਏ ਆ ਜਿਨ੍ਹਾਂ ਵਿੱਚ ਲਗਭਗ 2 ਲੱਖ ਦੇ ਕਰੀਬ ਬੱਚਿਆਂ ਨੂੰ ਜਿਹੜਾ ਹੈ ਇਸ ਤਰ੍ਹਾਂ ਦੀ ਆਪਰਚੂਨਿਟੀਜ਼ ਦਿੱਤੀਆਂ ਗਈਆਂ ਬਹੁਤ ਸਾਰੇ ਬੱਚੇ ਉਹਦੇ ਵਿੱਚ ਗਏ ਪਰ ਉਹਦੇ ਵਿੱਚ ਸਰ 5 5 7 7 ਹਜ਼ਾਰ ਤੇ ਵੀ ਤੁਸੀਂ ਬੱਚਿਆਂ ਨੂੰ ਰਿਕਰੂਟ ਕੀਤਾ ਆ ਉਹ ਉਹ ਗੱਲ ਜਿਹੜੀ ਕਿਤੇ ਵੀ ਨਾ ਕਿਤੇ ਅੰਡਰ ਨਹੀਂ ਨਹੀਂ ਅੰਡਰ ਅੰਡਰ ਐਜੂਕੇਸ਼ਨ ਵੀ ਜਿਹੜੇ ਬੱਚੇ ਇਮਪਲੋਇਡ ਹੋਏ ਨੇ ਉਹਨਾਂ ਦੇ ਲਈ ਕਿਤੇ ਨਾ ਕਿਤੇ ਬੜੀ ਵੱਡੀ ਨਮੋਸ਼ੀ ਰਹੀ ਆ ਅਸੀਂ ਦੇਖਦੇ ਆ ਅਸੀਂ ਦੇਖਦੇ ਆ ਕਿ ਬੈਂਕਿੰਗ ਇੰਡਸਟਰੀ ਸੀ ਉਹਦੇ ਵਿੱਚ ਹੋਰ ਇਸ ਤਰ੍ਹਾਂ ਦੇ ਜਿਹੜੇ ਸੀ ਆਪਣੇ ਕੰਪਿਊਟਰ ਦੇ ਜਿਹੜੇ ਸੀ ਜਿਹੜੀਆਂ ਇੰਡਸਟਰੀਆਂ ਆਈਆਂ ਹੋਈਆਂ ਸੀ ਇਹ ਇਹ ਅੰਡਰ ਐਜੂਕੇਸ਼ਨ ਜਦੋਂ ਅਸੀਂ ਗੱਲ ਕਰਦੇ ਨਾ ਵੀ ਜਿਹੜੀ ਜਿਹੜੇ ਬੰਦੇ ਦੀ ਕੁਆਲਿਫੀਕੇਸ਼ਨ ਉਹ ਤੋਂ ਘੱਟ ਉਹਨੂੰ ਜਿਹੜੀ ਜੌਬ ਮਿਲੀ ਉਹ ਤੋਂ ਘੱਟ ਰੋਜ਼ਗਾਰ ਦੇ ਕੇ ਉਹ ਤੋਂ ਘੱਟ ਅਸੀਂ ਉਹਨੂੰ ਪੈਸਾ ਦੇ ਕੇ ਇੱਕ ਤਰ੍ਹਾਂ ਸਲੇਵੀ ਬਣਾ ਰਿਆ ਸਰ ਇਹ ਕਈ ਵਾਰੀ ਤਾਂ ਇਸ ਤਰ੍ਹਾਂ ਹੁੰਦਾ ਮੈਂ ਤੁਹਾਨੂੰ ਖੇਤੀ ਤੋਂ ਇਲਾਵਾ ਤੁਹਾਡਾ ਤੁਹਾਡੀ ਪਾਰਟੀ ਦਾ ਹੋਰ ਕਿਹੜਾ ਕਿਹੜਾ ਅਹਿਮ ਮੁੱਦਾ ਹੈਗਾ ਆ ਇਲੈਕਸ਼ਨ ਦੇ ਲਈ ਸਾਡਾ ਸਾਡਾ ਜਿਹੜਾ ਮੁੱਦਾ ਹੈ ਕਿ ਪੰਜਾਬ ਦੀ ਆਮਦਨ ਸਿਰਫ ਖੇਤੀਬਾੜੀ ਤੋਂ ਨਹੀਂ ਜਿਹੜਾ ਪੰਜਾਬ ਦੇ ਕੋਲ ਇੱਕ ਕੁਦਰਤੀ ਜਿਹੜਾ ਸਰੋਤ ਹੈ ਜਿਹੜਾ ਜੜੀਆਂ ਰੇਤ mafia ਜਿਹੜਾ ਹੈਗਾ 40k 40 ਕਰੋੜ ਰੁਪਇਆ ਸਾਲ ਦਾ ਜਿਹੜਾ ਦੇ ਰਹੇ ਨੇ ਇੱਕ ਜਿਹੜੀ ਇੱਕ ਅਨੋਫੀਸ਼ੀਅਲ ਤੌਰ ਤੇ ਮੈਨੂੰ ਪਤਾ ਲੱਗਿਆ ਕਿਸੇ بڑے ਵੱਡੇ ਅਫਸਰ ਤੋਂ ਕਿ 2003 ਤੋਂ ਲੈ ਕੇ ਹੁਣ ਤੱਕ 2 ਲੱਖ ਕਰੋੜ ਰੁਪਇਆ ਇਹਨਾਂ ਨਿਤਾਵਾਂ ਦੀਆਂ ਜੇਬਾਂ ਚ ਜਾ ਚੁੱਕਿਆ ਜੀ ਮਾਈਨਿੰਗ ਤੋਂ ਤੇ ਜਿਹੜਾ ਜਿਹੜਾ ਪੰਜਾਬ ਦੇ ਖਾਤੇ 'ਚ ਆਇਆ ਸਿਰਫ 6 6000 ਕਰੋੜ ਰੁਪਏ ਆਇਆ। ਤਾਂ ਸਾਡਾ ਇਹ ਹੈ ਕਿ ਇੱਕ ਤਾਂ ਜਿਹੜਾ ਮਾਈਨਿੰਗ ਨੂੰ ਔਰ ਲੀਕਰ ਨੂੰ ਔਰ ਸਾਰੇ ਨੂੰ ਜਿਹੜਾ ਹੈਗਾ ਇਹਨੂੰ ਸਰਕਾਰੀ ਕਰਕੇ ਉਹਦੇ ਨਾਲ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲੇਗਾ ਔਰ ਜਿਹੜਾ ਸਰਕਾਰ ਦੀ ਆਮਦਨ ਵੀ ਵਧੇਗੀ ਤਾਂ ਕਿ ਅਸੀਂ ਪੰਜਾਬ ਦਾ ਇਨਫਰਾਸਟ੍ਰਕਚਰ ਵੀ ਡਿਵੈਲਪ ਕਰ ਸਕਾਂਗੇ ਤੇ ਦੂਸਰਾ ਅਸੀਂ ਜਿਹੜੀ ਸਕੂਲ ਲੈਵਲ ਤੋਂ ਵੋਕੇਸ਼ਨਲ ਟ੍ਰੇਨਿੰਗ ਜਿਹੜੀ ਸਭ ਤੋਂ ਵੱਡੀ ਘਾਟ ਆ ਚੀਨ ਕਿਉਂ ਤਰੱਕੀ ਕਰ ਗਿਆ ਕਿਉਂਕਿ ਉਹ ਸਕੂਲ ਲੈਵਲ ਤੋਂ ਵੋਕੇਸ਼ਨਲ ਟ੍ਰੇਨਿੰਗ ਦਿੰਦੇ ਨੇ ਸਾਡਾ ਇੱਥੇ ਬੀਟੈਕ ਕੀਤਾ ਹੋਇਆ ਬੱਚਾ ਵੀ ਉਹਨੂੰ ਤੇ ਤੁਸੀਂ ਕਹੋ ਵੀ ਇੱਕ ਕੰਪਿਊਟਰ ਖੋਲ ਕੇ ਦਵਾਰ ਬੰਦ ਦੇ ਉਹ ਤੋਂ ਨਹੀਂ ਬਣਿਆ ਜਾਏਗਾ ਸਿਰਫ ਉਹ ਕਾਗਜ਼ਾਂ ਦੇ ਵਿੱਚ ਜਿਹੜੀ এডੂਕੇਸ਼ਨ ਮਿਲ ਰਹੀ ਹੈ ਪਰ ਅਸਲੀਅਤ ਦੇ ਵਿੱਚ ਉਹਨੂੰ ਟ੍ਰੇਨਡ ਨਹੀਂ ਕੀਤਾ ਜਾ ਰਿਹਾ ਜਿਸ ਤਰ੍ਹਾਂ ਕੈਪਟਨ ਸਾਹਿਬ ਨੇ ਜੋ ਵਾਅਦੇ ਕਰੇ ਸੀ ਤੇ ਉਹ ਉਹ ਤਾਂ ਸਭ ਨੂੰ ਪਤਾ ਹੈ ਕਿ ਵੀ ਕਿੰਨਾ ਕਿੰਨਾ ਨੌਕਰੀਗਾਰ ਦਿੱਤਾ ਹੈ ਔਰ ਆਮ ਜਿਹੜਾ ਅਕਾਲੀ ਦਲ ਤੇ ਤਾਂ ਮੈਨੂੰ ਬਹੁਤ ਹੀ ਦੁੱਖ ਆਉਂਦਾ ਕਿ ਜਿਹੜਾ 10 ਲੱਖ ਉਹਨੂੰ ਹਾਲੇ ਵੀ ਜਸਟੀਫਾਈ ਕਰ ਰਹੇ ਨੇ ਕੋਈ ਮਾਂ ਨੂੰ ਤੁਸੀਂ ਕਰੋੜ ਰੁਪਏ ਵੀ ਦੇ ਦਿਓ ਉਹ ਕਦੇ ਨਹੀਂ ਚਾਹੇਗੀ ਕਿ ਉਹਦਾ ਪੁੱਤ ਉਥੋਂ ਉਹ ਉਦੋਂ ਤੋਂ ਦੂਰ ਜਾਵੇ ਉਹਨੂੰ ਰੋਜ਼ਗਾਰ ਤੁਸੀਂ ਇੱਥੇ ਦਿਓ ਉਹ ਚਾਹੇ ਉਹਨੂੰ ਘੱਟ ਪੈਸੇ ਉਹਨੂੰ ਕਮਾਏ ਜਾਣ ਪਰ ਉਹ ਆਪਣੇ ਘਰ ਰਵੇਗਾ ਆਪਣੇ ਮਾਪੇ ਬਾਬ ਦੇ ਕੋਲ ਰਹੇਗਾ ਉਹਨਾਂ ਦਾ ਖਿਆਲ ਰੱਖੇਗਾ ਤਾਂ ਸਾਡੀ ਕੋਸ਼ਿਸ਼ ਹੈ ਕਿ ਜਿਹੜਾ ਜਿੰਨਾ ਵੀ ਰੁਜ਼ਗਾਰ ਇੱਥੇ ਪੈਦਾ ਕੀਤਾ ਜਾਵੇ ਨੌਜਵਾਨਾਂ ਨੂੰ ਬਾਹਰ ਭੇਜਣ ਦੀ ਬਜਾਏ ਉਹਨਾਂ ਨੂੰ ਇੱਥੇ ਮੌਕੇ ਦਿੱਤੇ ਜਾਣ ਜਿਹੜਾ 10 ਲੱਖ ਰੁਪਏ ਤੁਸੀਂ ਉਹਨੂੰ ਲੋਨ ਦੇ ਰਹੇ ਹੋ ਉਹੀ 10 ਲੱਖ ਰੁਪਏ ਤੁਸੀਂ ਉਹਨੂੰ ਇੱਥੇ ਬਿਜ਼ਨਸ ਕਰਨ ਲਈ ਉਹਨੂੰ ਕੋਈ ਛੋਟਾ ਉਦਯੋਗ ਸਥਾਪਿਤ ਕਰਨ ਲਈ ਤੁਸੀਂ ਲਾਓ ਦੇਖੋ ਗੱਲ ਇਸ ਤਰ੍ਹਾਂ ਹੈਗੀ ਹੈ ਕਿ ਜਿਹੜੀ ਗੱਲ ਨੂੰ ਇਹ ਕਹਿਣਾ ਚਾਹੁੰਦੇ ਨੇ ਬਿਲਕੁਲ ਸਹੀ ਹੈ ਕਿ ਮਾਪੇ ਕੋਈ ਨਹੀਂ ਚਾਹੁੰਦਾ ਉਹਨਾਂ ਦਾ ਬੱਚਾ ਲੇਕਿਨ ਮਾਪੇ ਵੀ ਚਾਹੁੰਦਾ ਕਿ ਉਹਨਾਂ ਦਾ ਬੱਚਾ ਖੁਸ਼ਹਾਲ ਹੋਵੇ ਜੀ ਲੇਕ ਮੈਂ ਦੂਜੇ ਪਾਸੇ ਜਾਣਾ ਇਹਨਾਂ ਦਾ ਸਿਕਿਉਰ ਹੋਵੇ ਨਸ਼ੇ ਤੋਂ ਸਿਕਿਉਰ ਹੋਏ ਉਹਦਾ ਫਿਊਚਰ ਸਾਲ ਲੈ ਰਹੇ ਨੇ ਸਰਕਾਰ ਚ ਰਹੇ ਨੇ ਇੱਕ ਜੀ ਇੱਕ ਮਿੰਟ ਮੈਂ ਗੱਲ ਕਰ ਲੈਂਦਾ ਮੈਂ ਤੁਹਾਡੀ ਗੱਲ ਚ ਬੋਲਿਆ ਨਹੀਂ ਮੈਂ ਤੇ ਇਹਨਾਂ ਨੂੰ ਇੱਕੋ ਗੱਲ ਕਹਿਣੀ ਚਾਹੂੰਗਾ ਇਹਨਾਂ 70% ਜਿਹੜੇ ਲੀਡਰ ਨੇ ਇਸ ਟਾਈਮ ਕਿਸਾਨ ਲੀਡਰ ਨੇ ਉਹਨਾਂ ਦੇ ਬੱਚੇ ਕਿੱਥੇ ਨੇ ਜੀ ਤੇ ਉਹ ਜਵਾਬ ਉਹਨਾਂ ਦੇ ਬੱਚੇ ਕਿੰਨੇ ਕ ਪੰਜਾਬ ਚ ਨੇ ਜੀ ਕੋਈ ਅਮਰੀਕਾ ਬੈਠਾ ਹੋਇਆ ਕੋਈ ਕੈਨੇਡਾ ਬੈਠਾ ਹੋਇਆ ਕੋਈ ਯੂਰਪ ਚ ਬੈਠਾ ਹੋਇਆ ਔਰ ਉੱਥੇ ਦੇ ਉਹ ਡਾਲਰ ਕਮਾ ਰਹੇ ਨੇ ਉਹ ਕਮਾ ਸਕਦੇ ਤੇ ਕਿ ਕਾਮ ਪਰਿਵਾਰ ਜਿਹੜਾ ਹੈ ਗਰੀਬ ਪਰਿਵਾਰ ਜਿਹਦਾ ਬੱਚਾ ਬਾਹਰ ਜਾ ਨਹੀਂ ਸਕਦਾ ਔਰ ਉਹਦੇ ਸੀ ਅਗਰ ਮਦਦ ਕਰ ਰਹੇ ਆ ਕਿ ਸਵੇ ਦੇ ਨਾਲ ਪਰ ਪੰਜਾਬ ਦੇ ਵਿੱਚ ਅਸੀਂ ਰੋਜ਼ਗਾਰ ਕਿਉਂ ਨਹੀਂ ਦੇ ਰਹੇ ਮੈਂ ਕੋਈ ਕਹ ਰਿਹਾ ਇਹ ਮਸਲਾ ਹੈ ਨਾ ਸਾਡੇ ਕੋਲ ਇੰਡਸਟਰੀ ਨਹੀਂ ਹੈਗੀ ਆਈਟੀ ਸੈਕਟਰ ਸਾਡਾ ਬਿਲਕੁਲ ਜ਼ੀਰੋ ਹੈ ਕਿਉਂ ਜਾਏ ਬਾਹਰ ਬੱਚਾ ਸਾਡੇ ਬੱਚੇ ਪੜ੍ਹ ਲਿਖ ਕੇ ਬਾਹਰ ਕਿਉਂ ਜਾਣ ਅਸੀਂ ਅਸੀਂ ਆਈਟੀ ਸੈਕਟਰ ਇਥੇ ਲੈ ਕੇ ਆਂਦਾ ਜੀ ਚਾਹੇ ਕੁਆਰਕ ਸਿਟੀ ਹੈਗਾ ਚਾਹੇ ਡੈਲ ਲੈ ਕੇ ਆਂਦਾ ਔਰ ਹੁਣ ਜਿਹੜਾ ਆਈਟੀ ਸਿਟੀ ਬਣ ਰਿਹਾ ਹੈਗਾ ਮੋਹਾਲੀ ਦੇ ਵਿੱਚ ਉਹਦੇ ਵਿੱਚ ਇਨਫੋਸਿਸ ਵਗੈਰਾ ਦੀਆਂ ਇਹ ਕੰਪਨੀਆਂ ਲੈ ਕੇ ਆਉਂਦੀਆਂ ਸਰ ਸੁਖਵੀਰ ਬਾਦਲ ਹੋਣਾ ਨੇ ਸਰ ਆਪਾਕਾਰ ਸਿੰਘ ਬਾਦਲ ਹੋਣਾ ਨੇ ਪਿਛਲੀ ਜਿਹੜੀ ਟਰਮ ਸੀ ਉਹਦੇ ਚ ਲੈ ਕੇ ਆਂਦਾ ਜ਼ਰਾ ਕੁਝ ਲ ਆਪਾਂ ਕਹਨੂ ਤੇ ਕਹਿੰਦੇ ਵੀ ਹਾਂ ਜੀ ਬਹੁਤ ਡਵੈਲਪਮੈਂਟ ਕੀਤੀ ਮੈਨੂੰ ਤਾਂ ਲੱਗਦਾ ਇੱਕ ਫਾਰਮ ਤੋਂ ਸવાય ਕੋਈ ਡਵੈਲਪਮੈਂਟ ਨਹੀਂ ਹੋਈ ਪੰਜਾਬ ਦੇ ਵਿੱਚ ਉਹ ਜੂ ਡਵੈਲਪ ਹੋ ਗਿਆ ਔਰ ਉੱਥੇ ਹੀ ਮੀਟਿੰਗਾਂ ਚੱਲਦੀਆਂ ਰਹੀਆਂ ਸੂਬਾਰ ਕਿਤੇ ਕੋਈ ਮੀਟਿੰਗ ਨਹੀਂ ਹੋਈ ਔਰ ਕੋਈ ਕਿਸੇ ਪਾਸੇ ਕੋਈ ਪੈਸਾ ਨਹੀਂ ਲਾਇਆ ਗਿਆ ਜਿਹੜੀਆਂ ਚੀਜ਼ਾਂ ਦਾ ਮੈਂ ਤੁਹਾਨੂੰ ਦੱਸਿਆ ਹੈਗਾ ਬੇਰਵਾ ਦਿੱਤਾ ਹੈਗਾ ਉਹ ਵੀ ਚੀਜ਼ਾਂ ਜਿਹੜੀਆਂ ਅਸੀਂ ਬੰਦ ਕਰਨ ਦੀ ਕੋਸ਼ਿਸ਼ ਕੀਤੀ ਆਪਾਂ ਅੱਜ ਜਿਹੜੇ ਯਾਦਗਾਰਾਂ ਬਣਾਈਆਂ ਨੇ ਕਿਸੇ ਵੀ ਜਿਹੜੀਆਂ ਸਿੱਖਾਂ ਦੀਆਂ ਜਿਵੇਂ ਜੈ ਜਨਾਨਦਪੁਰ ਸਾਹਿਬ ਬਣਾਈ ਉਹਦੇ ਵਾਸਤੇ ਇਹਨਾਂ ਦੇ ਇੱਕ ਮੰਤਰੀ ਦਾ ਬਿਆਨ ਹੈ ਵੀ ਉਹ ਚਿੱਟੇ ਜਿੱਥੇ ਲੋਕਾਂ ਦੇ ਟਾਬੇ ਚੱਲ ਰਹੇ ਸੀ ਜਾਂ ਟਰਾਂਸਪੋਰਟੇਸ਼ਨ ਦਾ ਸਿਸਟਮ ਸੀਗਾ ਟੈਕਸੀਜ਼ ਦਾ ਸਿਸਟਮ ਸੀਗਾ ਲੋਕਾਂ ਦਾ ਇੱਕ ਰੋਜ਼ਗਾਰ ਬਣ ਗਿਆ ਸੀਗਾ ਜਾਂ ਆਪਣੇ ਜਿਹੜੇ ਇੱਥੋਂ ਦੇ ਮੋਮੈਂਟੋਸ ਨੇ ਉਹ ਵੇਚਣ ਦਾ ਸਿਸਟਮ ਸੀਗਾ ਉਹਨੂੰ ਤੁਸੀਂ ਜਿੱਟੇ ਹਾਦੀ ਦੱਸਦਾ ਉਹਨਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਜਿਹੜਾ ਪਾਣੀ ਵਾਲੀ ਬੱਸ ਬੰਦ ਕੀਤੀ ਗਈ ਉਹ ਵੀ ਇਹਨਾਂ ਦੇ ਇੱਕ ਮੰਤਰੀ ਦੀ ਵਜ੍ਹਾ ਕਰਕੇ ਕੀਤੀ ਗਈ ਕਿਉਂਕਿ ਦੂਸਰੇ ਬੰਦੇ ਨੂੰ ਫਾਇਦਾ ਚਕਾਉਣਾ ਸੀਗਾ ਹਜ਼ਾਰਾਂ ਏਕੜ ਜਿਹੜੀ ਲੈਂਡ ਸੀਗੀ ਉਹਦੇ ਕੋਲ ਪਾਣੀ ਦਾ ਲੈਵਲ ਉੱਪਰ ਕਰਕੇ ਉਹ ਬੱਸ ਚਲਾਈ ਗਈ ਸੀ ਉਸ ਦੇ ਟਾਬੇ ਸੀਗੇ ਉੱਥੇ ਟੈਕਸੀਆਂ ਵਾਲੇ ਸੀ ਬੱਸਾਂ ਵਾਲੇ ਸੀ ਜਾਂ ਦੁਕਾਨਦਾਰ ਸੀ ਉਹ ਕਰਕੇ ਅਜੋ ਜ਼ਮੀਨ ਤੇ ਕਬਜ਼ਾ ਗਿਆਦਾ ਹੈਗਾ ਇਹ ਉਹ ਦੱਸਣ ਇਹਨਾਂ ਦੇ ਨਾਲ ਹੀ ਰਹੇ ਨੇ ਭਾਈਵੰਦ ਰਹੇ ਨੇ ਅੱਜ ਇਹਨਾਂ ਦੇ ਪ੍ਰਧਾਨ ਵੀ ਨੇ ਦੂਜੀ ਪਾਰਟੀ ਦੇ ਚੌਦੀ ਕਾਂਗਰਸ ਚੋਂ ਉੱਥੇ ਆਏ ਨੇ ਤੇ ਇਸ ਕਰਕੇ ਦੇਖੋ ਜਿਹੜਾ ਬੰਦਾ ਆਲਰੇਡੀ ਫੇਲਰ ਰਿਹਾ ਹੋਵੇ ਜਿਨੇ 4.5 ਸਾਲ ਚ ਕੁਝ ਦਿੱਤਾ ਨਾ ਹੋਵੇ ਪੰਜਾਬ ਨੂੰ ਜਿਹੜੇ ادارے ਬੰਦ ਕਰ ਦਿੱਤੇ ਗਏ ਹੁਣ ਟੂਰਿਜ਼ਮ ਵੀ ਪ੍ਰਮੋਟ ਨਹੀਂ ਕੀਤਾ ਜਦੋਂ ਕਿ ਟੂਰਿਜ਼ਮ ਬਹੁਤ ਵੱਡੀ ਇੱਕ ਚੀਜ਼ ਹੈ ਜਿਹੜੀ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਸਵਾਲ ਐਕਚੁਅਲ ਦੇ ਵਿੱਚ ਵੀ ਇੱਕ ਸਰਕਾਰ ਕੋਈ ਸਕੀਮ ਦੇ ਰਹੀ ਹੈ ਤੇ ਦੂਜੀ ਸਰਕਾਰ ਆ ਕੇ ਉਹਨੂੰ ਬੰਦ ਕਿਉਂ ਕਰ ਦਿੰਦੀ ਹੈ ਮੈਂ ਫਿਲਹਾਲ ਸਰ ਤੁਹਾਡੇ ਕੋਲੋਂ ਜਗਮਨ ਸਿੰਘ ਜੀ ਪੁੱਛ ਦਰਸਾ ਜੇ ਕਈ ਤਰ੍ਹਾਂ ਦੀਆਂ ਪਾਲਿਸੀ ਜਿਹੜੀਆਂ ਨੇ ਨਾ ਸਰਕਾਰਾਂ ਦੇ ਵਿੱਚ ਇਸ ਤਰ੍ਹਾਂ ਬਣ ਜਾਂਦੇ ਆਂ ਅੰਡਰ ਕੰਪਲਸਿਵ ਸਿਚੁਏਸ਼ਨ ਜਾਂ ਆਦਰਵਾਈਜ਼ ਆਈ ਕੈਨ ਨਾਟ ਸੇ ਜਿਸ ਤਰ੍ਹਾਂ ਹੂੰ ਸੁਪੋਜ਼ ਕਰ ਲਓ ਇਲੈਕਟ੍ਰਿਸਿਟੀ ਦੇ ਸਾਡੇ ਸਮਝੌਤੇ ਸੀਗੇ ਜੀ ਉਸ ਉਸ ਸਮਝੌਤਿਆਂ ਦੇ ਵਿੱਚ ਠੀਕ ਹੈ ਕਿ ਫ੍ਰੀ ਫਲੋ ਆਫ ਇਲੈਕਟ੍ਰਿਸਿਟੀ ਸਾਰਾ ਕੁਝ ਹੋਇਆ ਲੇਕਿਨ ਉਹਦੀ ਕਾਸਟ ਜਿਹੜੀ ਸੀ ਉਹ ਜੋ ਪੰਜਾਬ ਦੇ ਲੋਕਾਂ ਨੂੰ ਬੀਅਰ ਕਰਨੀ ਪਈ ਉਸ ਦੇ ਨਾਲ ਪੰਜਾਬ ਦੇ ਲੋਕਾਂ ਦੀ ਆਰਥਿਕਤਾ ਦਾ ਥੋੜਾ ਲੱਕ ਟੁੱਟਿਆ ਹੁਣ ਅੱਜ ਦੀ ਤੁਸੀਂ ਪ੍ਰਿੰਟ ਮੀਡੀਆ ਦੇ ਵਿੱਚ ਦੇਖ ਲਓ ਕਿ ਜਿਹੜੀਆਂ ਜਿਹੜੇ ਪੰਜਾਬ ਦੀ ਸਰਕਾਰ ਸੀਗੀ ਉਹ ਗਈ ਹੈਗੀ ਆ ਉੱਥੇ ਕਿ ਇਹਨਾਂ ਨੂੰ ਜਿਹੜੇ ਸਮਝੌਤੇ ਨੂੰ ਅਸੀਂ ਰੱਦ ਕਰਨਾ ਚਾਹੁੰਦੇ ਹਾਂ ਲੇਕਿਨ ਰੈਗੂਲੇਟਰੀ ਕਮਿਸ਼ਨ ਨੇ ਉਹਨਾਂ ਨੂੰ ਸਟੇ ਦੇ ਦਿੱਤੀ ਹੈ ਪ੍ਰਾਈਵੇਟ ਜਿਹੜੇ ਪਲੇਅਰ ਸੀਐਸ ਦੇ ਵਿੱਚ ਤੋਂ ਉਹ ਇਸ ਤਰ੍ਹਾਂ ਦੇ ਐਗਰੀਮੈਂਟਸ ਉਹਦੇ ਵਿੱਚ ਹੋਏ ਵੇਆਂ ਯੂ ਕੈਨ ਨਾਟ ਅਫੋਰਡ ਦੀ ਟਰਮੀਨੇਸ਼ਨ ਆਫ ਦੀ ਐਗਰੀਮੈਂਟਸ ਉਹ ਹੁਣ ਸਾਨੂੰ ਫੇਸ ਕਰਨੇ ਪੈਣੀਆਂ ਸਾਰੀਆਂ ਚੀਜ਼ਾਂ ਜੇ ਸਰਕਾਰ ਚਾਹਦੀ ਵੀ ਹੈ ਨਾ ਤਦ ਵੀ ਉਹ ਚੀਜ਼ਾਂ ਜਿਹੜੀਆਂ ਕਈ ਵਾਰ ਐਗਰੀਮੈਂਟ ਕਰਨ ਲੱਗੇ ਤੱਕ ਨਹੀਂ ਜਾ ਸਕਦੀਆਂ ਦੂਸਰੀ ਗੱਲ ਜਿਹੜੀ ਹੈ ਜਿਹੜਾ ਸਾਡਾ ਅਗਲਾ ਪਲੈਨਿੰਗ ਹੈਗਾ 1 ਲੱਖ ਜਿਹੜਾ ਹੈਗੇ ਲੋਕਾਂ ਨੂੰ ਪਾਰੀਏ ਅਸੀਂ ਜੋਬ ਦੇਣੀ ਆ ਮੋਰਓਵਰ ਇਸ ਤੋਂ ਇਲਾਵਾ ਜਿਹੜਾ ਹੈਗਾ ਉਹ ਸਾਡੇ ਕੋਲੇ ਜਿੰਨੀਆਂ ਸਰਕਾਰੀ ਨੌਕਰੀਆਂ ਨੇ ਇਸ ਵੇਲੇ ਅਵੇਲੇਬਲ ਪਹਿਲੇ ਸਾਲ ਦੇ ਵਿੱਚ ਹੀ ਸਾਰੀਆਂ ਸਰਕਾਰੀ ਨੌਕਰੀਆਂ ਨੂੰ ਅਸੀਂ ਪਰਾਂਗੇ ਜੀ ਤੋ ਉਸ ਤੋਂ ਇਲਾਵਾ ਜਿਹੜਾ ਹੈਗਾ ਪਰ ਦੇਖੋ ਇਹ ਦਾ ਸਾਡਾ ਇਹ ਕੈਪਟਨ ਸਾਹਿਬ ਕਾਂਗਰਸ ਪਾਰਟੀ ਤੋਂ ਸੀਗੇ ਇਸ ਟਾਈਮ ਪਾਰਟੀ ਵੱਖਰੀ ਬਣ ਗਈ ਪਰ ਪਿਛਲੇ 5 ਸਾਲ ਦੇ ਵਿੱਚ ਕਿੰਨੀ ਜੌਬ ਰਿਕਰੂਟਮੈਂਟ ਹੋਈ ਹੈ ਉਹਨਾਂ ਦੇ ਅੰਟਰ ਤੋ ਮੈਂ ਤੁਹਾਨੂੰ ਦੱਸ ਚੁੱਕਾ ਹਾਂ ਜੀ ਕਿ ਅਸੀਂ 6 ਜਿਹੜੇ ਸੀ ਉਹ ਪ੍ਰੋਜੈਕਟ ਲਗਾਏ ਸੀਗੇ ਲੇਕਿਨ ਹੁਣ ਅਸੀਂ ਇਸ ਨੂੰ ਹੋਰ ਐਕਸਪੈਂਡ ਕਰ ਰਹੇ ਹਾਂ ਇਹਦੇ ਵਿੱਚ ਜਿਹੜਾ ਹੈਗਾ 1 ਲੱਖ ਜਿਹੜੀ ਨੌਕਰੀਆਂ ਉਹ ਤਾਂ ਅਸੀਂ ਦੇਣੀ ਹੀ ਦੇਣੀ ਹੈ ਜਿਹੜੀਆਂ ਸਰਕਾਰੀ ਨੌਕਰੀਆਂ ਨੇ ਵੇਦਨ ਵਾਨੀਅਰ ਇਹ ਇਹ ਨਹੀਂ ਹੈ ਵੀ ਚੌਥੇ ਸਾਲ ਜਾ ਕੇ ਅਸੀਂ ਕੱਢਾਂਗੇ ਪਹਿਲੇ ਸਾਲ ਦੇ ਵਿੱਚ ਸਾਰੀਆਂ ਪੜਦਾਂਗੇ ਜੀ ਅਜੇ ਪਰ ਪ੍ਰੋਸੀਜਰ ਦੇਖੋ ਗੱਲ ਇਸ ਰਹੀ ਕਿ ਗੱਪਾਂ ਮਾਰਨ ਦੀ ਜੋ ਮਰਜ਼ੀ ਕਰ ਲੈਣ 1 ਲੱਖ EMPLOYEES ਤੇ ਅੱਜ ਡੇਟ 'ਚ ਵੀ ਪੰਜਾਬ 'ਚ ਨਹੀਂ ਹੈਗੇ ਜੀ ਜਦੋਂ ਦਾ ਹਿੰਦੁਸਤਾਨ ਜਾਦ ਹੋਇਆ ਕਦੀ 1 ਲੱਖ EMPLOYEES ਨਹੀਂ ਹੋਏ ਔਰ ਇਹ ਸਾਲ ਦੀ ਗੱਲ ਕਰਦੇ ਆ ਔਰ ਜਿਹੜੇ ਭਾਈਵਾਲ ਪਾਰਟੀ ਨਾਲੇ ਹੈਗੇ ਉਹਨਾਂ ਨੇ 2 ਕਰੋੜ ਨੌਕਰੀਆਂ ਦੇਣ ਦੀ ਗੱਲ ਕੀਤੀ ਸੀ ਹੂੰ ਔਰ ਅਜੇ ਤੱਕ ਉਹ ਕਿਸੇ ਨੌਕਰੀਆਂ ਨਹੀਂ ਦੇ ਸਕੇ ਨੌਕਰੀਆਂ ਦੇਣ ਦੀ ਬਜਾਏ ਜਿਹੜੇ ਸਰਕਾਰੀ ਅਦਾਰੇ ਸੀ ਉਹਨਾਂ ਨੇ ਉਹ ਸੇਲ ਤੇ ਲਾ ਤੇ ਵੇਚ ਤੇ ਚਾਹੇ Air India ਲਾ ਲਓ ਤੁਸੀਂ ਚਾਹੇ ਹਰ ਚੀਜ਼ ਨੂੰ ਉਹਨੇ ਵੇਚਦੀ। ਹਮਮ ਔਰ ਪੰਜਾਬ ਦੇ ਵਿੱਚ ਜਿਹੜੀ ਰਿੰਦੀ ਹੁੰਦੀ ਕਸਰ ਐਥੇ ਕੱਢ ਲੈਣਗੇ, ਵੇਚ ਦੇਣਗੇ। ਇਹ ਸਿਰਫ ਗੱਲਾਂ ਨੇ ਔਰ ਜਿਹੜੇ ਗੱਲਾਂ ਇਹ ਕਰਦੇ ਮੇਲੇ ਲਾਏ ਸੀਗੇ। ਹਮ ਤੁਸੀਂ ਵੀ ਪੜੇ ਹੋ ਕਾਲਜਾਂ ਦੇ ਵਿੱਚ, ਤੁਸੀਂ ਵੀ ਪ੍ਰੋਫੈਸ਼ਨਲ ਜਿਹੜੇ ਕਾਲਜਾਂ ਨਾਲ ਪੜੇ ਹੋਗੇ। ਅਸੀਂ ਵੀ ਪੜੇ ਆਂ। ਹਰ ਕਾਲਜ ਦੇ ਵਿੱਚ ਪਹਿਲਾਂ ਹੀ ਮੇਲੇ ਲੱਗਦੇ ਸੀ। ਜੀ। ਰਿਕਰੂਟਮੈਂਟ ਹੁੰਦੀ ਸੀਗੀ, ਕੰਪਨੀਆਂ ਨੂੰ ਬੁਲਾਇਆ ਜਾਂਦਾ ਸੀਗਾ। ਲੇਕਿਨ ਉਹਨਾਂ ਜਦੋਂ ਕੰਪਨੀ ਤੋਂ ਬੁਲਾਇਆ ਜਾਂਦਾ ਸੀ ਤੁਹਾਨੂੰ ਇੱਕ ਨਾ ਇੱਜ਼ਤਮਾਨ ਮਿਲਦਾ ਸੀਗਾ ਤੁਹਾਨੂੰ ਇੱਕ ਹੈਲਥੀ ਇੱਕ ਪੈਕੇਜ ਮਿਲਦਾ ਸੀਗਾ ਤੁਹਾਨੂੰ ਵੀ ਲੱਗਦਾ ਸੀ ਮੈਨੂੰ ਕੁਝ ਮਿਲ ਰਿਹਾ ਮੈਂ ਪੜ੍ਹ ਲਿਖ ਕੇ ਚੰਗੀ ਜਗ੍ਹਾ ਤੇ ਜਾ ਰਿਹਾ ਲੇਕਿਨ ਇਹਨਾਂ ਨੇ ਤੇ ਬੋਲੀ ਲਵਾਈ ਸਟੂਡੈਂਟਸ ਦੀ ਉਹ ਪਹਿਲਾਂ ਹੀ ਮੇਲੇ ਲੱਗਦੇ ਸੀ ਲੇਕਿਨ ਉਹਨਾਂ ਮੇਲਿਆਂ 'ਚ ਇਹਨਾਂ ਨੇ ਬੋਲੀ ਲਵਾਤੀ ਕੰਪਨੀ ਨੂੰ ਇਹ ਕਿਹਾ ਗਿਆ ਕਿ ਤੁਸੀਂ 6 ਮਹੀਨੇ ਲਈ ਇਸ ਬੰਦੇ ਨੂੰ ਅਪਲਾਈ ਕਰ ਲਓ ਭਾਵੇਂ ਦੀ 5000 ਰੁਪਏ ਦੋ ਇਹਨੂੰ 6 ਮਹੀਨੇ ਠੀਕ ਹੈ ਉਹਨਾਂ ਕਾਲਜਸ ਤੋਂ ਜਿਹੜੀਆਂ ਯੂਨੀਵਰਸਿਟੀ ਪ੍ਰਾਈਵੇਟ ਯੂਨੀਵਰਸਿਟੀ ਸੀ ਕਿਉਂਕਿ ਬਹੁਤ ਮੋਟੀ ਉਹ ਫੀਸ ਲੈਂਦੀਆਂ ਨੇ ਔਰ ਉਸ ਫੀਸ ਦੇ ਵਿੱਚ ਉਹਨਾਂ ਨੂੰ ਹਿੱਸਾ ਜਿਹੜਾ ਕੰਪਨੀ ਨੂੰ ਦਿੱਤਾ ਗਿਆ ਔਰ 6-6 ਮਹੀਨੇ ਬਾਅਦ ਸਟੂਡੈਂਟ ਕਿੱਥੇ ਨੇ ਅੱਜ ਤੁਸੀਂ ਯਾਰ ਪੁੱਛੋ ਤਾਂ ਸਹੀ ਉਹਨਾਂ ਨੂੰ ਜਿਹੜੇ ਕਹਿੰਦੇ ਵੀ ਇਹਨੇ ਇਹਨੇ ਲੱਖਾਂ ਸੀ ਸਟੂਡੈਂਟ ਨੂੰ ਦੇਤਾ ਬਿਲਕੁਲ ਇਹਨਾਂ ਨੇ ਗਲਤ ਗੱਲ ਕਰ ਰਹੇ ਨੇ ਉਹੀ ਸਟੂਡੈਂਟ ਜਿਹੜੇ ਨੇ ਇਤੋਂ ਡੀਮੋਰਲਾਈਜ਼ ਹੋ ਕੇ ਉਹ ਸ਼ਿਫਟ ਹੋਏ ਔਰ ਪਿਛਲੇ 50 ਸਾਲਾਂ ਸ਼ਿਫਟ ਹੋਏ ਨੇ ਪਿਛਲੇ 50 ਸਾਲਾਂ ਚ ਪਹਿਲਾਂ 1 ਲੱਖ ਫਿਰ 2 ਲੱਖ 2.5 ਲੱਖ ਅੱਜ 3 ਲੱਖ ਤੋਂ ਉੱਪਰ ਜਿਹੜਾ ਹੈਗਾ ਨਫਰੀ ਹੈਗੀ ਹੈ ਜਿਹੜੀ ਹਰ ਸਾਲ ਜਾ ਰਹੀ ਹੈ 50 ਸਾਲਾਂ ਦੇ ਵਿੱਚ ਨਾਲੇ ਕਟੋ ਘੜ ਜਿਹੜੇ ਹੈਗੇ ਨੇ 50 ਲੱਖ ਸਟੂਡੈਂਟ ਜਿਹੜਾ ਹੈਗਾ ਜਿਹੜਾ ਕੈਨੇਡਾ ਔਰ ਯੂਰਪ ਚ ਗਿਆ ਹੈਗਾ ਇਹਨਾਂ ਦੀ ਵਜ੍ਹਾ ਕਰਕੇ ਗਿਆ ਕਿਉਂਕਿ ਨਾਲ ਨੌਕਰੀ ਨਹੀਂ ਦਿੱਤੀ ਇਹ 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 ਜਿਹੜੀ ਇਹ ਗੱਲਾਂ ਇਵਨ ਹੁਣ ਦੁਹਰਾਈਆਂ ਜਾ ਰਹੀਆਂ ਵੀ ਅਸਿਸਟੈਂਸ ਵੀ ਦਵਾਂਗੇ ਅਸੀਂ ਔਰ ਕੋਚਿੰਗ ਵੀ ਦਵਾਂਗੇ ਤੁਸੀਂ ਬੱਚੇ ਬਾਹਰ ਪਏ ਜੱਬਟ ਦੇਖ ਐਟ ધ ਐਂਡ ਆਖਰੀ ਸਵਾਲ ਤੁਹਾਡੇ ਸਾਰਿਆਂ ਦੇ ਲਈ ਮੇਰੇ ਕੋਲ ਇਹੀ ਹੈ ਕਿ ਜੇਕਰ ਲੋਕ ਤੁਹਾਡੀ ਪਾਰਟੀ ਨੂੰ ਵੋਟ ਪਾਉਣ ਕਿਉਂ ਪਾਉਣ ਥੋੜੇ ਜਿਹੀ ਸ਼ਬਦਾਂ ਦੇ ਵਿੱਚ ਮੈਂ ਤੁਹਾਡੇ ਸਾਰਿਆਂ ਤੋਂ ਇਹ ਸਵਾਲ ਦਾ ਜਵਾਬ ਚਾਹਾਂਗੀ ਇਸ ਕਰਕੇ ਪਾਉਣ ਕਿ ਜਿਹੜਾ ਮਹਾਗਠਬੰਧਨ ਹੈਗਾ ਇਹ ਪੰਜਾਬ ਨੂੰ ਜਿਹੜੀ ਵਰਤਮਾਨ ਸੰਕਟਾ ਇਹਦੇ ਵਿੱਚੋਂ 100% ਬਾਹਰ ਕੱਢੇਗਾ ਤੇ ਪੰਜਾਬ ਦਾ ਵਿਕਾਸ ਕਰੇਗਾ ਖੁਸ਼ਹਾਲੀ ਕਰੇਗਾ ਆਰਥਿਕ ਪੱਖ ਤੋਂ এডਿਊਕੇਸ਼ਨ ਦੇ ਪੱਖ ਤੋਂ ਸਿਹਤ ਦੇ ਪੱਖ ਤੋਂ ਖੇਤੀ ਸੈਕਟਰ ਦੇ ਪੱਖ ਤੋਂ ਇੰਡਸਟਰੀ ਦੇ ਪੱਖ ਤੋਂ ਜਿਹੜਾ ਪੰਜਾਬ ਦਾ ਜਿਹੜਾ ਨੌਜਵਾਨ ਹੈ ਉਸ ਨੂੰ ਜਿਹੜਾ ਹੈਗਾ ਇੱਕ ਰੋਸ਼ਨ ਭਵਿੱਖ ਜਿਹੜਾ ਪ੍ਰਦਾਨ ਕਰੇਗਾ ਜੀ ਹਰਜੀਤ ਜੀ ਕੀ ਕਹਿਣਾ ਚਾਹੋ ਦੇਖੋ ਪੰਜਾਬ ਦੀ ਇੱਕੋ ਇੱਕ ਪਾਰਟੀ ਹੈ ਸ਼ੁਰੂ ਹੋਣੀ ਇਕਾਲੀ ਦਲ ਜਿਹੜੀ ਉਹਨਾਂ ਦੀ ਆਪਣੀ ਪਾਰਟੀ ਹੈ ਕਿਸਾਨਾਂ ਦੀ ਵਪਾਰੀਆਂ ਦੀ ਔਰ ਆਪਸੀ ਸਾਂਝ ਰੱਖਣ ਵਾਲੀ ਪਾਰਟੀ ਹੈ ਸਰਪ੍ਰਕਾਰ ਸਿੰਘ ਬਾਦਲ ਉਹਨਾਂ ਨੇ ਪੰਜਵਰੀ ਮੌਕਾ ਦਿੱਤਾ ਹੈ ਇਸੇ ਕਰਕੇ ਦਿੱਤਾ ਕਿ ਉਹਨਾਂ ਨੇ ਪੰਜਾਬ ਦੀ ਗੱਲ ਕੀਤੀ ਪੰਜਾਬੀਆਂ ਦੀ ਗੱਲ ਕੀਤੀ ਪਾਣੀਆਂ ਦੀ ਗੱਲ ਕੀਤੀ ਔਰ ਸੈਂਟਰ ਨਾਲ ਲੜਾਈ ਲੜੀ ਔਰ ਉਹਦੇ ਕਰਕੇ ਕਈ ਵਾਰ ਜੇਲ੍ਹ ਵੀ ਗਏ ਜਿਹੜੀ ਬਾਕੀ ਜਿਹੜੀਆਂ ਪਾਰਟੀਆਂ ਨੇ ਇਹ ਦਿੱਲੀ ਤੋਂ ਆਪਰੇਟ ਹੁੰਦੀਆਂ ਔਰ ਜਿਸ ਤਰੀਕੇ ਨਾਲ ਇਹ ਆਪਰੇਟ ਹੁੰਦੀਆਂ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੈ ਕਿ ਦਿੱਲੀ ਤੋਂ ਔਰ ਪੰਜਾਬ ਦੀ ਗੱਲ ਨਹੀਂ ਹੁੰਦੀ ਪੰਜਾਬ ਦੇ ਵਿੱਚ ਅਗਰ ਆਉਂਦੇ ਆ ਤੇ ਪਾਣੀ ਦੀ ਵੰਡ ਦੀ ਗੱਲ ਹੁੰਦੀ ਹੈ ਪੋਲੂਸ਼ਨ ਦੀ ਗੱਲ ਹੁੰਦੀ ਹੈ ਔਰ ਦਿੱਲੀ ਦੇ ਇਸ਼ਾਰੇ ਦੇ ਉੱਤੇ ਉਹਦੇ ਵਿੱਚ ਪੰਜਾਬ ਦੇ ਵਿੱਚੋਂ ਦੀ ਕੀ ਲੁੱਟ ਕੇ ਲੈ ਕੇ ਜਾਇਆ ਜਾ ਸਕਦਾ ਹੈ ਉਹਦੀ ਗੱਲ ਹੁੰਦੀ ਹੈ ਤੇ ਇਸ ਵਾਰ ਤੁਹਾਨੂੰ ਕਿਉਂ ਚੁਣਿਆ ਜਾਵੇ ਦੇਖੋ ਜੀ ਅਸੀਂ ਪਹਿਲਾਂ ਵੀ ਡਿਵੈਲਪਮੈਂਟ ਕੀਤੀ ਸਾਡੇ ਪੁਰਾਣੀ ਡਿਵੈਲਪਮੈਂਟ ਜਿਹੜੀ ਹੈਗੀ ਹੈ ਪੁਰਾਣਾ ਜਿਹੜਾ ਰਿਪੋਰਟ ਕਾਰਡ ਹੈ ਉਹਨੂੰ ਦੇਖ ਕੇ ਔਰ ਜੋ ਅਸੀਂ ਅੱਜ ਨਵਾਂ ਕਰਕੇ ਲੈ ਕੇ ਆਉਣਾ ਚਾਹੁੰਦੇ ਆ ਤੁਸੀਂ ਅੱਜ ਕਿਸੇ ਵੀ ਸੜਕ ਤੇ ਨਿਕਲੋ ਸਾਰੀਆਂ ਸੜਕਾਂ ਦਾ ਜਿਹੜਾ ਜਾਲ ਵਿਸ਼ਿਆ ਹੋਇਆ ਹੈ ਤੁਸੀਂ ਉਹਨੂੰ ਦੇਖੋ ਤੁਸੀਂ ਜਿਹੜੇ 에어ਪੋਰਟ ਲੈ ਕੇ ਉਹਨਾਂ ਨੂੰ ਦੇਖੋ ਤੇ ਜਿਹੜੇ ਜੁਡੀਸ਼ੀਅਲ ਕੰਪਲੈਕਸ ਲੈ ਕੇ ਉਹਨਾਂ ਨੂੰ ਦੇਖੋ ਤੁਸੀਂ ਪਟਵਾਰਖਾਨੇ ਦੇਖੋ ਤੁਸੀਂ ਜਿੱਥੇ ਤੁਹਾਨੂੰ ਇਧਰ ਉਧਰ ਘੁੰਮਣਾ ਪੈਂਦਾ ਸੀਗਾ ਅੱਜ ਫਰਥ ਸੈਂਟਰ ਨੇ ਕਿਸੇ ਨੂੰ ਪਟਵਾਰੀ ਨੂੰ ਪੈਸੇ ਨਹੀਂ ਦੇਣੇ ਪੈਂਦੇ ਜਿਹੜਾ ਕ腐ਸ਼ਨ ਜਿਹੜੀ ਸੀ ਇਹ ਖਤਮ ਕੀਤੀ ਔਰ ਜਿੰਨਾ ਆਪਸ ਪਾਈਚਾਰਾ ਜਿਹੜਾ ਹੈਗਾ ਜਿਹੜੀ ਸਾਂਝ ਕਾਂਗਰਸ ਨੇ ਕਿਸੇ ਟਾਈਮ ਖਤਮ ਕਰਤੀ ਸੀ ਕਿਸੇ ਸਿੱਖ ਨੂੰ ਬਾਹਰ ਕੋਈ ਦੇਖਣਾ ਨਹੀਂ ਚਾਹੁੰਦਾ ਸੀ ਔਰ ਪੰਜਾਬ ਦੇ ਕੋਈ ਹਿੰਦੂ ਨੂੰ ਦੇਖਣਾ ਨਹੀਂ ਚ ਕੀ ਕਹਿਣਾ ਚਾਹੋਗੇ ਤੁਸੀਂ ਜਿੱਤਾਰ ਚ ਜੀ ਸੰਜਗ ਸਮਾਜ ਮੋਰਚਾ ਕਿਉਂਕਿ ਕਿਸਾਨਾਂ ਦੀ ਪਾਰਟੀ ਆ ਤੇ ਤੁਸੀਂ ਸਭ ਦੇਖ ਚੁੱਕੇ ਹੋ ਕਿ ਜਦੋਂ ਇਹਨਾਂ ਦੀਆਂ ਗਲਤ ਨੀਤੀਆਂ ਕਰਕੇ ਸਾਰੀਆਂ ਪਾਰਟੀਆਂ ਦੀਆਂ ਗਲਤ ਨੀਤੀਆਂ ਕਰਕੇ ਜਿਹੜਾ ਵਿਦੇਸ਼ੀ ਕੰਪਨੀਆਂ ਦਾ ਕਬਜ਼ਾ ਹੋ ਚੁੱਕਿਆ ਸਾਡੇ ਲਗਭਗ ਸਾਰੇ ਦੇ ਸਾਰੇ ਸਿਸਟਮ ਤੇ ਤੇ ਅਸੀਂ ਉਸ ਜਿਹੜਾ ਵੱਡੇ ਕਾਰਪੋਰੇਟਾਂ ਦੇ ਖਿਲਾਫ ਲੜ ਕੇ ਪੰਜਾਬ ਦੀ ਜਿਹੜੀ ਖੁਦਮੁਖਤਿਆਰੀ ਨੂੰ ਬਹਾਲ ਕੀਤਾ ਤੇ ਅਸੀਂ ਉਹਨਾਂ ਕੰਪਨੀਆਂ ਦੇ ਖਿਲਾਫ ਖੜੇ ਆ ਜਦੋਂ ਇਹਨਾਂ ਨੇ ਭਾਈ ਵਾਲੀ ਕਰਕੇ ਹਿੱਸੇ ਪਾਏ ਸੀ ਤੇ ਸੈਂਟਰ ਸਰਕਾਰ ਦੀ ਦੇਣ ਆ ਕਿ 531 ਲੱਖ ਕਰੋੜ ਰੁਪਏ ਦਾ ਕਰਜ਼ਾ ਹੁਣ ਤੱਕ ਸੈਂਟਰ ਨੇ ਚੜਾਇਆ ਤੇ 282000 ਕਰੋੜ ਰੁਪਇਆ ਕਾਰਜ ਤੇ ਕਾਲੀ ਨੂੰ ਪਾਈ ਜਾਵੇ ਇਹ ਸਾਰੀਆਂ ਚੀਜ਼ਾਂ ਲੋਕ ਜਾਣਦੇ ਨੇ ਚੰਗੀ ਤਰ੍ਹਾਂ ਅਸੀਂ ਬਿਲਕੁਲ ਅਸੀਂ ਜਿਹੜਾ ਪੰਜਾਬ ਦੇ ਲੋਕਲ ਜਿਹੜੇ ਮਸਲੇ ਨੇ ਉਹਨਾਂ ਨੂੰ ਲੋਕਲ ਲੈਵਲ ਤੇ ਹੱਲ ਕਰਨ ਦੀ ਗੱਲ ਕਰਾਂਗੇ ਅਸੀਂ ਕੋਈ ਹਵਾਈ ਗੱਲਾਂ ਨਹੀਂ ਕਰਾਂਗੇ ਕਿ ਅਸੀਂ ਜਿਨ੍ਹਾਂ ਨੂੰ ਪੁੱਛਿਆ ਜਾਵੇ ਵੀ ਅਸੀਂ ਇੰਨਾ ਰੁਜ਼ਗਾਰ ਦੇਵਾਂਗੇ ਇਹ ਤਾਂ ਦੱਸਣ ਤਾਂ ਸਹੀ ਪੈਸਾ ਕਿੱਥੋਂ ਆਏਗਾ ਤੋਂ ਸਾਨੂੰ ਅਸੀਂ ਸਾਨੂੰ ਜੇ ਮੌਕਾ ਮਿਲਦਾ ਹੈ ਤਾਂ ਅਸੀਂ ਪੰਜਾਬ ਦੇ ਵਿੱਚ ਰੋਜ਼ਗਾਰ ਦੇ ਮੌਕੇ ਲੋਕਲ ਲੈਵਲ ਤੇ ਪੈਦਾ ਕਰਾਂਗੇ ਅਸੀਂ ਨੌਜਵਾਨਾਂ ਦਾ ਜਿਹੜਾ ਨਿਰਾਸ਼ ਹੋ ਕੇ ਬਾਹਰ ਭੱਜ ਰਹੇ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਹੀ ਆਪਣੀ ਜਿਹੜੀ ਟੈਲੈਂਟ ਹੈ ਆਪਣੀ એનર્ਜੀ ਨੂੰ ਲਾਉਣ ਲਈ ਉਹਨਾਂ ਨੂੰ ਪ੍ਰੇਰਿਤ ਕਰਾਂਗੇ ਤੇ ਉਹਨਾਂ ਨੂੰ ਮੌਕੇ ਪ੍ਰਦਾਨ ਕਰਾਂਗੇ ਉਹਨਾਂ ਨੂੰ ਬਿਨਾਂ ਵਿਆਜ ਤੋਂ ਜਾਂ ਥੋੜੇ ਵਿਆਜ ਤੇ ਲੋਨ ਦੇਵਾਂਗੇ ਤਾਂ ਕਿ ਉਹ ਆਪਣੇ ਛੋਟੇ ਰੋਜ਼ਗਾਰ ਜਿਹੜੇ ਉਹ ਪੈਦਾ ਕਰ ਸਕਣ ਬਹੁਤ ਬਹੁਤ ਸ਼ੁਕਰੀਆ ਜਗਤਾਰ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਪੰਜਾਬ ਦੀ ਖੁਸ਼ਹਾਲੀ ਆਖਰਕਾਰ ਸਾਡਾ ਜਿਹੜਾ ਇੱਕ ਸੁਪਨਾ ਹੈਗਾ ਹਰ ਕੋਈ ਇਹ ਚਾਹੁੰਦਾ ਹੈ ਕਿ ਪੰਜਾਬ ਖੁਸ਼ਹਾਲ ਹੋਵੇ ਹਰ ਕੋਈ ਆਪਣੇ ਘਰ ਦੇ ਵਿੱਚ ਸੁਖੀ ਵਸੇ ਪੰਜਾਬ ਦਾ ਹਰ ਇੱਕ ਨਾਗਰਿਕ ਆਉਣ ਵਾਲੀਏ ਇਸ ਵਿਧਾਨ ਸਭਾ ਚੋਣਾਂ ਦੇ ਵਿੱਚ 20 ਤਰੀਕ ਨੂੰ ਵੋਟ ਜ਼ਰੂਰ ਪਾਵੇ ਵੋਟ ਪਾਉਣ ਤੋਂ ਪਹਿਲਾਂ ਕਿਹੜੀਆਂ-ਕਿਹੜੀਆਂ ਗੱਲਾਂ ਤੁਹਾਡੇ ਜ਼ਿਹਨ ਦੇ ਵਿੱਚ ਹੋਣੀਆਂ ਬੇਹੱਦ ਜ਼ਰੂਰੀ ਨੇ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਕਿ ਤੁਹਾਨੂੰ ਇਹ ਸੋਚਣ ਲਈ ਬੇਚੈਨ ਕਰ ਦੇਣ ਕਿ ਅਸੀਂ ਆਪਣੀ ਨਵੀਂ ਪੀੜੀ ਨੂੰ ਆਉਣ ਵਾਲੀ ਪੀੜੀ ਨੂੰ ਕਿਹੋ ਜਿਹਾ ਪੰਜਾਬ ਦੇ ਕੇ ਜਾਣਾ ਹੈ ਇਹੀ ਅਹਿਮ ਮਕਸਦ ਸੀ ਇਸ ਵਿਚਾਰ ਚਰਚਾ ਦਾ ਉਮੀਦ ਹੈ ਕਿ ਹੁਣ ਤੱਕ ਦੂਰਦਰਸ਼ਨ ਚੰਡੀਗੜ੍ਹ ਦੇ ਜ਼ਰੀਏ ਜਿੰਨੀਆਂ ਵੀ ਵਿਚਾਰ ਚਰਚਾ ਦੇ ਵਿਸ਼ੇ ਤੁਹਾਡੇ ਸਾਹਮਣੇ ਰੱਖੇ ਗਏ ਨੇ ਤੁਸੀਂ ਕਿਸੇ ਨਾ ਕਿਸੇ ਨਤੀਜੇ ਤੇ ਜ਼ਰੂਰ ਪਹੁੰਚੇ ਹੋਵੋਗੇ ਕੁਝ ਨਾ ਕੁਝ ਤੁਸੀਂ ਡਿਸਾਈਡ ਜ਼ਰੂਰ ਕੀਤਾ ਹੋਏਗਾ ਕਿ ਤੁਸੀਂ ਆਉਣ ਵਾਲਾ ਪੰਜਾਬ ਕਿਸ ਤਰ੍ਹਾਂ ਦਾ ਚਾਹੁੰਦੇ ਹੋ ਅੱਜ ਦੀ ਇਸ ਵਿਚਾਰ ਚਰਚਾ ਦੇ ਵਿੱਚ ਤੁਹਾਡਾ ਸਾਰਿਆਂ ਦਾ ਆਨ ਡਿਲੀ ਬਹੁਤ ਬਹੁਤ ਸ਼ੁਕਰੀਆ ਜੀ की कोचिंग रोहित की रणनीति ओडीआई में कैरिबिन पर फतेह अब टी ट्वेंटी की बारी क्या टीम इंडिया फिर पड़ेगी भारी वेस्टइंडीज का भारत दौरा देखिए तीन मैचों की सीरीज सोलह 18 और 20 फरवरी 2022 को टी ट्वेंटी का धमाल लाइव टेलीकास्ट डी डी स्पोर्ट्स आरोप आनंद रानी तुम्हारे वाखन शोर ने और उसकी टोली ने सारा आतंक कर रखा है